ਬਹੁਤ ਤਜ਼ਰਬੇ ਦਿੱਤੇ ਨੇ ਜੀ ਮੈਨੂੰ ਇਸ ਫਿਲਮ ਨੇ। ਬਹੁਤ ਲੋਕ ਕਹਿੰਦੇ ਸੀਗੇ ਆਪਣੇ ਕਹਿੰਦੇ ਕਹਾਉਂਦੇ ਇੰਡਸਟਰੀ ਵਾਲੇ ਕਿ ਬਾਈ ਜੀ ਆਪਣੀ ਫਿਲਮ ਹੈ ਜੀ, ਕੋਈ ਗੱਲ ਹੀ ਨਹੀਂ ਹੈਗੀ, ਦੇ ਵੇਸਟਡ ਮਾਈ ਟਾਈਮ। ਪਰਸੋਂ ਮੈਨੂੰ ਐਂ ਜੀ ਕਰਦੇ ਮੈਂ ਚੀਕਾਂ ਮਾਰਾਂ ਕਿਉਂਕਿ ਥਿੰਗਸ ਵਾਰ ਨੋਟ ਗੋਇੰਗ ਔਨ ਦਾ ਟਰੈਕ ਜਿਹੜੀ ਚੀਜ਼ਾਂ ਪਲਾਨ ਕੀਤੀਆਂ ਸੀਗੀਆਂ। ਹਮੇਸ਼ਾ ਕਹਿੰਦੇ ਸੀਗੇ ਬਾਈ ਜੀ ਤੁਸੀਂ ਆਪਣਾ, ਜਦੋਂ ਮੈਂ ਹਿੰਦੀ ਦੇ ਵਿੱਚ ਸੀਗਾ ਵੀ ਹਾਂ ਪੰਜਾਬੀ ਦੇ ਵਿੱਚ ਜਦੋਂ ਆਪਾਂ ਕਰਾਂਗੇ ਇਕੱਠੇ ਕਰਾਂਗੇ ਫਲਾਣਾ ਧਕਾਣਾ, ਹੈ ਨਾ। ਸੋ ਉਹ ਦੈਟ ਆਈ ਡੋਂਟ ਲਾਈਕ, ਜੇ ਨਹੀਂ ਹੈਗਾ ਮੈਂ ਤਾਂ ਕਿਹਾ ਨਹੀਂ ਸੀਗਾ ਵੀ ਜੇ ਤੁਸੀਂ, ਉਹ ਸ਼ਾਇਦ ਪ੍ਰੋਫੈਸ਼ਨਲਿਜ਼ਮ ਦੀ ਸ਼ਾਇਦ ਕਮੀ ਹੈ ਜਾਂ ਕੀ ਹੈ ਰੀਜ਼ਨ ਕੀ ਨੇ, ਆਈ ਡੋਂਟ ਨੋ। ਤਾਂ ਸਿੱਧਾ ਕਹਿ ਦਿਓ ਜੇ ਨਹੀਂ ਹੈਗਾ ਕਿ ਵੀਰੇ ਯਾਰ ਮੈਂ ਬਿਜ਼ੀ ਹੈਗਾ, ਆਪਾਂ ਚੀਜ਼ਾਂ ਨਹੀਂ ਹੋ ਸਕਦੀਆਂ। ਉਹ ਤੋਂ ਬਾਅਦ ਵੀ ਪਤਾ ਨਹੀਂ ਉਹ ਇੱਦਾਂ ਫਿਰ ਰਿਐਕਟ ਕਰਦੇ ਨੇ ਜਿਵੇਂ ਕੁਛ ਹੋਇਆ ਹੀ ਨਹੀਂ ਹੈਗਾ। ਸੋ ਦੈਟ ਇਜ਼ ਸਰਪ੍ਰਾਈਜ਼ਿੰਗ। ਹਾਂਜੀ, ਜਦੋਂ ਇੱਦਾਂ ਦੀਆਂ ਚੀਜ਼ਾਂ ਆਸੇ ਪਾਸੇ ਨਹੀਂ ਪ੍ਰੋਪਰ ਹੁੰਦੀਆਂ ਦੈਨ ਆਈ ਫੀਲ ਬੈਡ, ਅਦਰਵਾਈਜ਼ ਨਹੀਂ। ਅਦਰਵਾਈਜ਼ ਤਾਂ ਦੇਖੋ ਕੋਈ ਵੀ ਜਿਵੇਂ ਮੈਂ ਕਿਹਾ ਦੁੱਖ ਸੁੱਖ ਆਉਂਦੇ ਰਹਿੰਦੇ ਨੇ, ਉਹਨਾਂ ਅੱਗੇ ਕੁਛ ਨਹੀਂ ਕਰ ਸਕਦੇ। ਪਰ ਕਈ ਚੀਜ਼ਾਂ ਸਾਡੇ ਹੱਥ 'ਚ ਹੁੰਦੀਆਂ, ਚੀਜ਼ਾਂ ਹੁੰਦੀਆਂ ਨੇ, ਉਹ ਤੋਂ ਬਾਅਦ ਵੀ ਤੁਸੀਂ ਆਪਣੀ ਗੱਲਾਂ 'ਤੇ ਖਰੇ ਨਹੀਂ ਉਤਰਦੇ, ਦੈਟ ਹਰਟਸ। ਦੋਸਤੀ ਕਿੰਨੀ ਹੈ, ਕਿੰਨਾ ਕੁ ਸਰਕਲ ਹੈ, ਕਿੰਨਾ ਕੁ ਵੱਡਾ ਹੈ? ਮੇਰੇ ਤਜ਼ਰਬੇ ਕੋਈ ਦੋਸਤੀ ਨੂੰ ਲੈ ਕੇ ਬਹੁਤੇ ਵਧੀਆ ਨਹੀਂ ਹੈਗੇ। ਮੈਨੂੰ ਐਂ ਲੱਗਦਾ ਵੀ ਦੋਸਤ ਉਹੀ ਹੁੰਦੇ ਨੇ ਜਿਹੜੇ ਤੁਹਾਡੇ ਬਚਪਨ 'ਚ ਤੁਹਾਡੇ ਨਾਲ ਹੁੰਦੇ, ਪਰ ਮੇਰੇ ਬਚਪਨ ਵਾਲਾ ਕੋਈ ਦੋਸਤ ਹੈ ਨਹੀਂ ਗਾ। ਜ਼ਿੰਦਗੀ ਦਾ ਸਭ ਤੋਂ ਵੱਡਾ ਘਾਟਾ ਜੇ ਹੋਇਆ ਹੋਵੇ ਤੇ ਉਸ ਕਿਸ ਚੀਜ਼ ਨੂੰ ਮੰਨਦੇ ਆ? ਆਮ ਸੋ ਸੌਰੀ। ਕੀ ਕਰ ਸਕਦੇ ਆ ਜੀ, ਚੀਜ਼ਾਂ ਹੋ ਗਈਆਂ, ਉਹ ਤੇ ਕੋਈ ਵਸ ਨਹੀਂ ਚੱਲਦਾ। ਸੋ that was my, but he must be very very proud of you. ਤੁਹਾਨੂੰ ਕਦੇ ਇੱਦਾਂ ਮਹਿਸੂਸ ਹੁੰਦਾ ਹੈ ਦੈਟ ਹਾਂ ਜ਼ਿੰਦਗੀ 'ਚ ਮੈਂ ਇੰਨੀ ਅੱਗੇ ਤੱਕ ਆਇਆ, ਇੰਨਾ ਕੁਛ ਦੇਖ ਕੇ ਆਇਆ, ਅਤੇ ਹੀ ਸ਼ੁੱਡ ਹੈਵ ਬੀਨ ਹੇਅਰ, ਯੂ ਨੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦ ਅਨਫਿਲਟਰਡ, ਔਰ ਮੇਰੇ ਨਾਲ ਅੱਜ ਨੇ ਗੈਵੀ ਚਾਹਲ। ਅਤੇ ਸਭ ਤੋਂ ਪਹਿਲਾਂ ਤਾਂ ਨਾ, ਜਦ ਤੁਹਾਨੂੰ ਦੇਖੀਦਾ ਹੈ ਨਾ, ਯੂ ਆਰ ਅ ਵੈਰੀ ਟੋਲ ਹੈਂਡਸਮ ਮੈਨ, ਇਹ ਹਾਈਟ ਕਿੱਥੋਂ ਇਨਹੈਰਿਟ ਹੋਈ ਹੈ? ਹਾਈਟ ਜੀ ਵਾਹਿਗੁਰੂ ਜੀ ਦੀ ਦੇਣ ਹੈ ਜੀ। ਡੈਡ ਉਹਨਾਂ ਦੀ ਹਾਈਟ ਠੀਕ ਸੀਗੀ, ਪਰ ਮੇਰੀ ਖੈਰ ਸਾਡੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਆ। ਅਤੇ ਪਰ ਮੈਂ ਕਈ ਦੇਖਿਆ, ਕਈਆਂ ਦੇ ਪੇਰੈਂਟਸ ਸ਼ਾਰਟ ਵੀ ਹੁੰਦੇ ਆ ਪਰ ਉਹਨਾਂ ਦੇ ਬੱਚੇ ਕਾਫੀ ਲੰਬੇ ਹੁੰਦੇ ਆ, ਜਾਂ ਪੇਰੈਂਟਸ ਉਹਨਾਂ ਦੇ ਲੰਬੇ ਹੁੰਦੇ ਆ, ਹਾਈਟ ਬੱਚਿਆਂ ਦੀ ਠੀਕ ਹੀ ਹੁੰਦੀ ਆ। ਇਹ ਜ਼ਰੂਰੀ ਨਹੀਂ ਵੀ ਜੇ ਪੇਰੈਂਟਸ ਲੰਬੇ ਛੋਟੇ ਨਹੀਂ ਤਾਂ ਬੱਚੇ ਵੀ ਉੱਦਾਂ ਦੇ ਹੋਣਗੇ। ਸੋ ਬਟ ਹਾਂ, ਮੋਸਟਲੀ ਜ਼ਰੂਰ ਇਹ ਹੁੰਦਾ ਕਿ ਆਪਣੇ ਪੇਰੈਂਟਸ ਦੇ ਉਹ ਜੀਨਸ ਲੈ ਕੇ ਚੱਲਦੇ ਨੇ। ਬਟ ਆਈ ਐਮ ਬਲੈਸਡ ਜੀ, ਵਾਹਿਗੁਰੂ ਜੀ ਦਾ ਸ਼ੁਕਰ ਹੈ ਉਹਨਾਂ ਨੇ, ਕਿਉਂਕਿ ਬਾਕੀ ਚੀਜ਼ ਆਪਾਂ ਵਧਾ ਘਟਾ ਲੈਂਦੇ, ਹੁਣ ਬੋਡੀ ਦੀ ਗੱਲ ਹੈ, ਮਿਹਨਤ ਕਰਕੇ ਕਰ ਲੈਣਾ। ਬਟ ਹਾਈਟ ਇੱਕ ਇਹੋ ਜਿਹੀ ਚੀਜ਼ ਹੈਗੀ ਹੈ ਜਿਹੜੀ ਬਸ ਪਰਮਾਤਮਾ ਦੀ ਦੇਣ ਹੈ ਜੀ। ਸੋ ਮਤਲਬ ਤੁਸੀਂ ਆਪਣੀ ਪਰਸਨੈਲਿਟੀ ਆਪਣੇ ਪਾਪਾ ਤੋਂ ਲਿੱਤੀ ਹੈ? ਜੀ ਕਹਿ ਸਕਦੇ ਹੋ। ਪਾਪਾ ਨਾਲ ਅਟੈਚ ਵੀ ਬਹੁਤ ਹੋਊਂਗੇ? ਬਹੁਤ ਜ਼ਿਆਦਾ ਜੀ। ਮਦਰ ਵੱਲ ਜ਼ਿਆਦਾ ਝੁਕਾਵ ਹੈ ਪਾਪਾ ਵੱਲ? ਨਹੀਂ, ਪੇਰੈਂਟਸ ਤਾਂ ਦੇਖੋ ਦੋਨੇ ਆਪਣਾ ਕੀ ਕਹਿੰਦੇ ਨੇ ਇੱਕੋ ਜਿਹੇ ਹੁੰਦੇ ਨੇ, ਪਰ ਫਾਦਰ ਸਾਹਿਬ ਦੇ ਨਾਲ ਥੋੜ੍ਹੀ ਬੌਂਡਿੰਗ ਜ਼ਿਆਦਾ, ਉਹ ਸੌਫਟ ਨੇ, ਮੰਮੀ ਥੋੜ੍ਹੇ ਜਿਹੇ ਝਿੜਕ ਝੁੜਕ ਦਿੰਦੇ ਆ ਜਾਂ ਇੱਦਾਂ ਦਾ ਹਿਸਾਬ ਕਿਤਾਬ ਹੈ ਨਾ। ਸੋ ਬਸ ਇੱਦਾਂ ਜੀ। ਅੱਛਾ, ਤੁਹਾਨੂੰ ਦੇਖ ਕੇ ਐਵੇਂ ਓਬਜ਼ਰਵ ਕਰਕੇ ਲੱਗਦਾ ਹੈ ਨਾ ਤੁਸੀਂ ਬਹੁਤ ਸ਼ਾਂਤ ਹੈ ਨਾ, ਥੋੜ੍ਹੇ ਜਿਹੇ ਗੁੱਸੇ ਵਾਲੇ ਵੀ, ਬਟ ਯੂ ਆਰ ਵੈਰੀ ਵੈਰੀ ਸੌਫਟ ਇਨਸਾਈਡ, ਕੀ ਇਹੋ ਜਿਹਾ ਹੈ? ਸਾਹਮਣੇ ਹੈ ਜੀ, ਹੁਣ ਜਿੰਨੀ ਦੇਰ ਆਪਾਂ ਗੱਲਾਂ ਕਰਾਂਗੇ ਪੀਪਲ ਵਿਲ ਜੱਜ, ਜਿੱਦਾਂ ਦਾ ਮੈਂ ਹੈਗਾ ਉਦੋਂ ਦੇਖਦਾ। ਬਟ ਹਾਂਜੀ, ਇਹ ਮੈਂ ਜ਼ਰੂਰ ਹੈਗਾ ਜੇ ਕੋਈ ਬੰਦਾ ਜ਼ਿਆਦਾ ਬੋਲਦਾ ਕਹਿੰਦਾ ਯਾਰ ਐਵੇਂ ਬੋਲੀ ਜਾਂਦਾ, ਹੁਣ ਜਿਵੇਂ ਤੁਸੀਂ ਕਿਹਾ ਮੈਂ ਘੱਟ ਬੋਲਦਾ, ਜਾਂ ਇੱਕ ਪਰਸੈਪਸ਼ਨ ਲੋਕਾਂ ਦੇ ਵਿੱਚ ਹੈਗਾ, ਕਈ ਉਹਨੂੰ ਇਹ ਕਹਿੰਦੇ ਨੇ ਜੀ ਵੀ ਪਤਾ ਨਹੀਂ ਐਟੀਟਿਊਡ ਬਹੁਤ ਹੋਣਾ,
ਐਂ ਵੀ ਉਹੀ ਜਿਵੇਂ ਤੁਸੀਂ ਐਰੋਗੈਂਟ ਉਹਦੀ ਗੱਲ ਕੀਤੀ ਆ ਅਤੇ ਇੱਦਾਂ ਦੀ ਕੋਈ ਗੱਲ ਨਹੀਂ ਜੀ, ਠੀਕ ਹੈ ਜੀ, ਠੀਕ ਹੀ ਹਾਂ ਮੈਂ। ਨਹੀਂ ਨਹੀਂ, ਤੁਸੀਂ ਬਹੁਤ ਅੱਛੇ ਹੋ ਔਰ ਬਹੁਤ ਅੱਛਾ ਆਪਣੇ ਨਾਲ ਪ੍ਰੋਜੈਕਟ ਲੈ ਕੇ ਆਏ ਹੋ ਸੰਗਰਾਂਦ। ਜੀ ਜੀ ਜੀ, ਹੈ ਨਾ। ਸੋ ਸੰਗਰਾਂਦ ਬਾਰੇ ਸਾਨੂੰ ਕੁਛ ਦੱਸੋ, ਕਿੰਨੇ ਐਕਸਾਈਟਿਡ ਹੋ, ਕਿਸ ਚੀਜ਼ ਲਈ ਸਭ ਤੋਂ ਜ਼ਿਆਦਾ ਐਕਸਾਈਟਿਡ ਹੋ ਸੰਗਰਾਂਦ ਨੂੰ ਲੈ ਕੇ? ਇੱਕ ਆਰਟਿਸਟ ਜੀ ਹਮੇਸ਼ਾ ਜਦੋਂ ਕੋਈ ਇੱਕ ਚੈਲੇਂਜਿੰਗ ਰੋਲ ਉਹਨੂੰ ਮਿਲਦਾ ਜਾਂ ਵੈਸੇ ਵੀ ਜਿਹੜੀ ਵੀ ਉਹ ਪਰਫੋਰਮੈਂਸ ਦਿੰਦਾ ਹੈਗਾ, ਉਹਦੀ ਵੇਟ ਰਹਿੰਦੀ ਹੈ ਜੀ ਵੀ ਉਹਨੂੰ ਲੋਕਾਂ ਨੇ, ਕਿਉਂਕਿ ਹਰ ਕੋਈ ਆਈ ਥਿੰਕ ਆਪਣਾ ਬੈਸਟ ਦਿੰਦਾ ਜੀ, ਕੋਈ ਮਾੜਾ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਪਰ ਉਹ ਕਿੰਨਾ ਵਧੀਆ ਨਿਖਰ ਕੇ ਆਉਂਦਾ ਸਕਰੀਨ 'ਤੇ, ਉਹ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗਦਾ ਵੀ ਆਡੀਅੰਸ ਉਹਨੂੰ ਕਿੱਦਾਂ ਐਕਸੈਪਟ ਕਰਦੀ ਆ। ਬਟ ਥੈਂਕਫੁਲ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਸੰਗਰਾਂਦ ਦੇ ਵਿੱਚ ਮੇਰੇ ਸਾਹਿਬ ਦੇ ਕਿਰਦਾਰ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ, ਮੇਰੇ ਲਈ ਉਹੀ ਜਿੱਤਿਆ ਜੀ, ਸਾਡੀ ਫਿਲਮ ਨੂੰ ਬਹੁਤ ਪਸੰਦ ਕੀਤਾ। ਸੋ ਆਈ ਐਮ ਹੈਪੀ ਜੀ ਕਿ ਜਿਹੜੀ ਚੀਜ਼ ਮੈਂ ਸੋਚੀ ਸੀਗੀ ਸਾਹਿਬ ਦੇ ਕਿਰਦਾਰ ਨੂੰ ਲੈ ਕੇ, ਮੈਂ ਥੋੜ੍ਹਾ ਜਿਹਾ ਪਹਿਲਾਂ ਡਾਊਟਫੁਲ ਸੀਗਾ ਕਿਉਂਕਿ ਬਹੁਤ ਸਟਲ ਜਿਹਾ ਕਿਰਦਾਰ ਹੈ, ਥੋੜ੍ਹਾ ਲਾਊਡ ਹੋਵੇ ਜਾਂ ਡਾਇਲੋਗਸ ਬਹੁਤ ਜ਼ਿਆਦਾ ਹੋਣ, ਕੁਛ ਇੱਦਾਂ ਹੋਵੇ, ਉੱਥੇ ਤੁਹਾਨੂੰ ਇੱਕ ਹੈਲਪ ਮਿਲ ਜਾਂਦੀ ਹੈ। ਬਟ ਇੱਕ ਚੁੱਪ ਰਹਿ ਕੇ ਆਪਣੇ ਆਪਣੇ ਉਹ ਅੰਦਰਲੇ ਉਸ ਦਰਦ ਨੂੰ ਬਿਨਾਂ ਕੁਛ ਬੋਲੇ ਅੱਖਾਂ ਰਾਹੀਂ ਆਪਣੇ ਐਕਸਪ੍ਰੈਸ਼ਨਸ ਦੇ ਰਾਹੀਂ ਸਾਹਮਣੇ ਜ਼ਾਹਿਰ ਕਰਨਾ, ਦੈਟ ਇਜ਼ ਅ ਮੋਸਟ ਚੈਲੇਂਜਿੰਗ ਪਾਰਟ ਵਿੱਚ ਆਈ ਥਿੰਕ ਫੋਰ ਐਨ ਐਕਟਰ। ਜਿੰਨੀ ਮਤਲਬ ਇੱਕ ਸਿੰਪਲ ਸਿੱਧੀ ਲਾਈਨ ਹੁੰਦੀ ਹੈ ਉਹਨੂੰ ਉਨਾ ਹੀ ਬੋਲਣਾ ਔਖਾ ਹੁੰਦਾ, ਗੁੱਸੇ ਵਾਲੀ, ਹਾਸੇ ਵਾਲੀ ਜਾਂ ਇੰਨੀਆਂ ਚੀਜ਼ਾਂ ਨੇ। ਹਾਂ, ਕੋਮੇਡੀ ਜ਼ਰੂਰ ਟਾਈਮਿੰਗ ਦੀ ਹੁੰਦੀ ਹੈ ਵੀ ਜੇ ਤੁਹਾਡੀ ਦੋਨਾਂ ਐਕਟਰਸ ਦੀ ਟਾਈਮਿੰਗ ਬਹੁਤ ਚੰਗੀ ਹੈ ਤਾਂ ਉਹ ਚੀਜ਼ ਸੋਹਣੀ ਨਿਕਲ ਕੇ ਆਉਂਦੀ ਹੈ, ਬਟ ਅਦਰਵਾਈਜ਼ ਜਿਹੜੀ ਇੱਕ ਸਿੰਪਲ ਲਾਈਨਸ ਨੇਗੀਆਂ ਉਹਨਾਂ ਨੂੰ ਬੋਲਣਾ ਸਭ ਤੋਂ ਔਖਾ ਹੁੰਦਾ। ਤੁਸੀਂ ਕਿਹਾ ਕਿ ਇਹ ਕਰੈਕਟਰ ਜਿਹੜਾ ਤੁਹਾਡੇ ਲਈ ਬਹੁਤ ਵੱਖਰਾ ਰਿਹਾ ਹੈ ਨਾ, ਕਦੀ ਇੱਕ ਐਕਟਰ ਐਸਾ ਹੁੰਦਾ ਕਿ ਗ੍ਰੈਬ ਵੀ ਕਰਦਾ ਹੈ ਬਹੁਤ ਕੁਛ ਆਪਣੇ ਉਸ ਕਰੈਕਟਰ ਤੋਂ, ਉਹ ਨਾਲ ਰਹਿੰਦਾ ਹੈ ਹਮੇਸ਼ਾ, ਜਾਂ ਉਹਦੇ ਕੁਛ ਪਾਰਟਸ ਰਹਿੰਦੇ ਨੇ ਤੁਹਾਡੇ ਵਿੱਚ, ਇਜ਼ ਦੇਅਰ ਸਮਥਿੰਗ ਜੋ ਤੁਸੀਂ ਇਸ ਕਰੈਕਟਰ ਵਿੱਚੋਂ ਲਿੱਤਾ? ਹਾਂਜੀ, ਸਾਡਾ ਮੈਸੇਜ ਬਹੁਤ ਚੰਗਾ, ਪਰ ਮੈਂ ਖੈਰ ਪਰਸਨਲ ਲਾਈਫ ਦੇ ਵਿੱਚ ਤਾਂ ਨਹੀਂ ਮੇਰੇ ਉਦੋਂ ਦੇ ਐਕਸਪੀਰੀਅੰਸਿਸ, ਬਟ ਜਿਹੜਾ ਸਾਡਾ ਇੱਕ ਮੈਸੇਜ ਹੈ ਕਿ ਚਾਹੇ ਦੁੱਖ ਹੋਣ ਚਾਹੇ ਸੁੱਖ ਹੋਣ, ਜੇ ਜਿਵੇਂ ਧਰਤੀ ਸਾਰੇ ਮੌਸਮਾਂ ਨੂੰ ਹੰਢਾਉਂਦੀ ਆ ਪਰ ਚੀਜ਼ਾਂ ਚੱਲਦੀਆਂ ਰਹਿੰਦੀਆਂ, ਕੁਦਰਤ ਚੱਲਦੀ ਰਹਿੰਦੀ ਹੈਗੀ ਆ, ਉੱਦਾਂ ਹੀ ਸਾਡੀ ਜ਼ਿੰਦਗੀ ਹੈ ਜੀ, ਦੁੱਖ ਆਉਂਦੇ ਨੇ ਸੁੱਖ ਆਉਂਦੇ ਨੇ, ਇਹਨੇ ਚੱਲਦੇ ਹੀ ਰਹਿਣਾ। ਜੇ ਸਾਡੇ ਕੋਲ ਦੁੱਖ ਨਹੀਂ ਆਉਣਗੇ ਤਾਂ ਸ਼ਾਇਦ ਸਾਨੂੰ ਸੁੱਖ ਦਾ ਪਤਾ ਨਹੀਂ ਲੱਗੂਗਾ ਵੀ ਸੁੱਖ ਹੁੰਦਾ ਕੀ ਆ। ਸੋ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਜੀ। ਸੋ ਐਂਡ ਰਿਜ਼ਲਟ ਜਿਹੜਾ ਮੈਂ ਸਿੱਖਿਆ, ਜਿਹੜਾ ਆਈ ਥਿੰਕ ਯੂਨੀਵਰਸਲ ਲਾਗੂ ਹੁੰਦਾ ਵੀ ਹਾਲਾਤ ਕਿੱਦਾਂ ਦੇ ਵੀ ਹੋਣ, ਚੜ੍ਹਦੀ ਕਲਾ ਦੇ ਵਿੱਚ ਹੌਸਲੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੀਦਾ। ਬਿਲਕੁਲ, ਮੈਂ ਅੱਜ ਹੀ ਸਵੇਰੇ ਇੱਕ ਕਿਤਾਬ ਪੜ੍ਹ ਰਹੀ ਸੀ, ਉਸ ਵਿੱਚ ਸੀ ਕਿ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੈ, ਹਰ ਕੰਮ ਦੇ ਵਿੱਚ ਮਿਹਨਤ ਬਹੁਤ ਜ਼ਰੂਰੀ ਹੈ, ਅਤੇ ਮੋਮਬੱਤੀਆਂ ਅਤੇ ਕੜਾਹੇ ਕਦੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਸੋ ਭਾਵੇਂ ਇਨਸਾਨ ਮਿਹਨਤ ਦੇ, ਮੈਨੂੰ ਲੱਗਦਾ ਹੈ ਬਲਬੂਤੇ 'ਤੇ ਬਹੁਤ ਕੁਛ ਕਰ ਜਾਂਦਾ ਹੈ ਨਾ, ਜ਼ਿੰਦਗੀ 'ਚ ਮਿਹਨਤ ਤੁਸੀਂ ਵੀ ਬਹੁਤ ਕੀਤੀ ਹੈ, ਹੈ ਨਾ। ਸੋ ਮਿਹਨਤ ਕਿਸ ਚੀਜ਼ ਨੂੰ ਦੇਖਦੇ ਹੋ, ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ, ਕਿਸ ਤਰ੍ਹਾਂ ਗ੍ਰੈਪ ਕਰਦੇ ਹੋ? ਮਿਹਨਤ 'ਚ ਆਈ ਥਿੰਕ ਡਿਸਿਪਲਿਨ, ਕੰਸਿਸਟੈਂਸੀ, ਓਨੈਸਟੀ, ਓਨੈਸਟੀ ਸਭ ਤੋਂ ਵੱਧ ਜ਼ਰੂਰੀ ਹੈ ਜੀ, ਕੋਈ ਵੀ ਚੀਜ਼ ਹੋਵੇ, ਓਨੈਸਟੀ ਟੂ ਯੂਅਰ ਕਰਾਫਟ। ਹੁਣ ਬੰਦਾ ਕਹਿ ਦਿੰਦਾ ਜੀ, ਪਰ ਜੇ ਹੁਣ ਕਈ ਵਾਰੀ ਕੋਈ ਬੋਡੀ ਦੀ ਗੱਲ ਕਰ ਲੈਂਦੇ ਨੇ, ਹੈ ਨਾ ਜੀ, ਬਟ ਉਹਦੇ ਪਿੱਛੇ ਮਿਹਨਤ ਜਿਹੜੀ ਹੈਗੀ ਆ, ਪਰ ਇਮਾਨਦਾਰੀ ਇਹ ਹੈਗੀ, ਟਾਈਮਲੀ ਸੌਣਾ, ਟਾਈਮਲੀ ਉੱਠਣਾ, ਸਹੀ ਖਾਣਾ, ਇਹ ਜੇ ਤੁਸੀਂ ਇਮਾਨਦਾਰ ਨਹੀਂ ਚੀਟ ਕਰਦੇ ਹੈਗੇ ਹੋ, ਜੋ ਵੀ ਮਿਲਿਆ ਖਾ ਲਿਆ, ਠੀਕ ਹੈ, ਕਦੇ ਇੱਕ ਅੱਧਾ ਦਿਨ ਚੀਟ ਚੱਲ ਜਾਂਦਾ, ਕਿਉਂਕਿ ਉਹ ਡੋਪਾਮਾਈਨ ਤੁਹਾਡੇ ਜਿਹੜੇ ਤੁਹਾਡੇ ਹਾਰਮੋਨਸ ਨੇ ਉਹਦੇ ਲਈ ਜ਼ਰੂਰੀ ਹੈ, ਹੈਪੀ ਹਾਰਮੋਨਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵੀ ਰੂਹ ਨੂੰ ਸਕੂਨ ਮਿਲਦਾ ਜਦੋਂ, ਹਾਂ ਐਨ ਪਰੌਂਠੇ ਆਪਾਂ ਪੰਜਾਬੀ ਹਾਂ, ਹੈ ਨਾ, ਦੇਸੀ ਘਿਓ ਨਾਲ ਮਲ ਮਲ ਖਾ ਲਏ ਤਾਂ ਉਹ ਤੁਹਾਡੀ ਰੂਹ ਨੂੰ ਇੱਕ ਸ਼ਾਂਤੀ ਮਿਲਦੀ ਹੈ, ਉਹ ਵੀ ਜ਼ਰੂਰੀ ਹੈਗਾ। ਬਟ ਓਵਰਆਲ ਜੇ ਉਹ ਤੁਸੀਂ ਡਿਸਿਪਲਿਨ ਆਪਣੇ 'ਚ ਰੱਖੋਗੇ, ਉੱਦਾਂ ਹੀ ਕੰਮ ਦੇ ਵਿੱਚ ਹੈ ਜੀ, ਕੰਮ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਨੇਗੀਆਂ, ਤੁਸੀਂ
ਕਦੇ ਵੀ ਪਰਫੈਕਟ ਤਾਂ ਹੋ ਹੀ ਨਹੀਂ ਸਕਦੇ ਹੈਗੇ, ਸਿੱਖਣ ਨੂੰ ਬਹੁਤ ਕੁਛ ਹੈਗਾ। ਸੋ ਉਹ ਡੇਲੀ ਹੁਣ ਬੰਦਾ ਕਹਿ ਦਿੰਦਾ ਜੀ ਵੀ ਹਾਂ ਮੇਰੀ ਪਰਫੋਰਮੈਂਸ ਨਹੀਂ ਵਧੀਆ ਹੋਈ ਜਾਂ ਕੁਛ 100 ਚੀਜ਼ਾਂ ਕਹਿ ਦਿੰਦਾ, ਪਰ ਕੀ ਤੁਸੀਂ ਆਪਣਾ ਆਪ ਉਹਨਾਂ ਦਿੱਤਾ? ਸਮਟਾਈਮਸ ਮੈਂ ਆਪਣੇ ਕੋਲੀਗਸ ਨਾਲ ਕਿਸੇ ਨਾਲ ਗੱਲ ਕਰਦਾ, ਕਹਿੰਦੇ ਯਾਰ ਜਦੋਂ ਚਲੋ ਪ੍ਰੋਜੈਕਟ ਆਊਗਾ ਉਦੋਂ ਆਪਾਂ ਦੇਖ ਲਾਂਗੇ, ਬਟ ਜਿਹੜਾ ਮੇਨ ਟਾਈਮ ਹੈ ਜੇ ਤੁਸੀਂ ਉਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰ ਲਉਂਗੇ, ਹੈ ਨਾ, ਆਪਣਾ ਕੰਮ ਨੂੰ ਇੱਕ ਆਪਣੀ ਵਰਸ਼ਿਪ ਸਮਝ ਕੇ ਚੀਜ਼ਾਂ ਕਰੋਗੇ, ਤਾਂ ਆਈ ਥਿੰਕ ਉਹ ਇਮਾਨਦਾਰੀ ਜਿਹੜੀ ਹੈਗੀ ਉਹ ਤੁਹਾਨੂੰ ਪੇ ਕਰਦੀ ਆ। ਚੀਟੇ ਦੀ ਤੁਸੀਂ ਗੱਲ ਕੀਤੀ, ਚੀਟੇ 'ਚ ਕੀ ਖਾਂਦੇ ਹੋ? ਚੀਟ ਡੇ 'ਚ ਜੀ ਮੇਰਾ ਚੀਟ ਡੇ ਦੇ ਵਿੱਚ ਜੇ ਆਪਾਂ ਮਿੱਠੇ ਦੀ ਗੱਲ ਕਰੀਏ, ਮੈਨੂੰ ਖੀਰ ਬਹੁਤ ਪਸੰਦ ਆ, ਤਾਂ ਆਪਾਂ ਖੀਰ ਚੱਕ ਦੀਦੀ ਆ ਉਹਦੇ। ਪਰੌਂਠੇ ਮੈਂ ਵੈਸੇ ਵੀ ਖਾ ਲੈਂਦਾ, ਪਰ ਉਸ ਦਿਨ ਤੜਕੇ ਖਾ ਲੈਂਦਾ, ਅਦਰਵਾਈਜ਼ ਮੈਂ ਮਤਲਬ ਉਹਨੂੰ ਤਲਦੇ ਨਹੀਂ ਹੈਗੇ, ਇੱਦਾਂ ਹੀ ਆ ਉੱਤੇ ਦੇਸੀ ਘਿਓ ਜਿਹਾ ਵਾਈਟ ਬਟਰ ਰੱਖ ਲਿਆ। ਅਤੇ ਫਿਰ ਇੱਕ ਉੱਥੇ ਹੈਗਾ ਮੇਰਾ ਦੋਸਤ ਹੈਗਾ, ਹੋਰ ਅਸੀਂ ਦੋਨੇ ਜਾਣੇ ਵੀ ਆ ਜਿਮ ਬਾਡੀਜ਼, ਅਤੇ ਵੈਸੇ ਵੀ ਅਸੀਂ ਦੋਸਤ ਹਾਂ। ਅਸੀਂ 10 ਕੁ ਦਿਨਾਂ ਬਾਅਦ ਉਹ ਜਿੱਥੇ ਇੱਕ ਬਫੇ ਲਾਦਾ ਹੁੰਦਾ ਰੈਸਟੋਰੈਂਟ ਵਗੈਰਾ ਦੇ ਵਿੱਚ, ਬਸ ਫਿਰ ਅਸੀਂ 1 ਘੰਟਾ ਨੋਨ ਸਟੋਪ ਖਾਂਦੇ ਹਾਂ, ਜਿਹੜੀ ਚੀਜ਼ ਆਈ ਜਾਵੇ ਚੱਕ ਦਿਉ ਫਿਰ ਜਦੋਂ ਤੋਂ ਬਾਅਦ। ਮਿੱਠਾ ਸਭ ਤੋਂ ਵੱਧ ਐਕਚੁਅਲੀ ਚੀਟ ਦੇ ਵਿੱਚ ਮਿੱਠਾ, ਅਤੇ ਫਰਾਈਡ ਉਹ ਹੁੰਦਾ, ਫਰਾਈਡ ਤਾਂ ਨਹੀਂ ਖਾਂਦੇ ਹੈ ਕਿਉਂਕਿ ਫਰਾਈਡ ਦਾ ਮੈਨੂੰ ਇੰਨਾ ਵੈਸੇ ਵੀ ਉਹ ਹੈ ਨੀਗਾ, ਹਾਂ ਮਿੱਠੇ ਦੇ ਫੱਟੇ ਚੱਕ ਦੇ ਦੇਣੇ। ਔਰ ਮਿੱਠੇ ਦੀ ਕਰੇਵਿੰਗ ਨੂੰ ਰੋਕਣਾ ਬਹੁਤ ਮੁਸ਼ਕਿਲ, ਬਹੁਤ ਮੁਸ਼ਕਿਲ ਹੈ, ਰੀਲੀ ਰੀਲੀ ਡਿਫਿਕਲਟ। ਅੱਛਾ ਤੁਸੀਂ ਦੋਸਤ ਦੀ ਗੱਲ ਕੀਤੀ, ਦੋਸਤੀ ਕਿੰਨੀ ਹੈ, ਕਿੰਨਾ ਕੁ ਸਰਕਲ ਹੈ, ਕਿੰਨਾ ਕੁ ਵੱਡਾ ਹੈ, ਛੋਟਾ ਹੈ? ਅਨਲਿਮਿਟਿਡ ਹੈ ਜੀ ਮੇਰਾ, ਬਹੁਤ ਜ਼ਿਆਦਾ, ਬਹੁਤ ਮੇਰੇ ਤਜ਼ਰਬੇ ਕੋਈ ਦੋਸਤੀ ਨੂੰ ਲੈ ਕੇ ਬਹੁਤੇ ਵਧੀਆ ਨਹੀਂ ਹੈਗੇ ਗੇ। ਸੋ ਠੀਕ ਹੈ, ਐਕਚੁਅਲੀ ਮੈਨੂੰ ਐਂ ਲੱਗਦਾ ਵੀ ਦੋਸਤ ਉਹੀ ਹੁੰਦੇ ਨੇ ਜਿਹੜੇ ਤੁਹਾਡੇ ਬਚਪਨ 'ਚ ਤੁਹਾਡੇ ਨਾਲ ਹੁੰਦੇ ਆ, ਪਰ ਮੇਰੇ ਬਚਪਨ ਵਾਲਾ ਕੋਈ ਦੋਸਤ ਹੈ ਨਹੀਂ ਗਾ। ਅਤੇ ਬਟ ਜਿਹੜੇ ਹੁਣ ਗਿਣਵੇਂ ਚੁਣਵੇਂ ਹੈਗੇ ਨੇ ਜਿਹੜੇ ਮੇਰੇ ਪਿਛਲੇ ਸੀ, ਇੱਦਾਂ ਤਾਂ ਹੈਗਾ ਮੇਰਾ ਸਰਕਲ ਇਨ ਦਾ ਸੈਂਸ ਕਿ ਉਹ ਪੰਜਾਬ ਦੇ ਵਿੱਚ ਨੇ, ਮੈਂ ਬੰਬੇ ਰਹਿਣਾ, ਤਾਂ ਬੰਬੇ ਮੇਰੇ 2-3 ਹੀ ਦੋਸਤ ਨੇਗੇ, ਉਹ ਵੀ ਅਸੀਂ ਸਾਰੇ ਆਪਣੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੈ, ਬਟ ਅਸੀਂ ਮਤਲਬ ਵੀ ਹੁੰਦਾ ਹੈਗਾ ਵੀ 10 ਕੁ ਦਿਨਾਂ ਦੇ ਵਿੱਚ 1 ਦਿਨ ਅਸੀਂ ਆਪਾਂ ਸਾਰੇ ਜਾਣੇ ਇਕੱਠੇ ਹੋਈਏ, ਗੱਲਾਂ ਬਾਤਾਂ ਕਰੀਏ, ਹੈ ਨਾ। ਅਤੇ ਬਾਕੀ ਹੁਣ ਥੋੜ੍ਹਾ ਜਿਹਾ ਮਕੈਨੀਕਲ ਹੋ ਗਈ, ਸੋਸ਼ਲੀ ਸਾਰਿਆਂ ਨੂੰ ਮਿਲਦੇ, ਸਾਰੇ ਹੱਸ ਖੇਡ ਕੇ ਮਿਲਦੇ, ਆਪਾਂ ਵੀ ਹੱਸ ਖੇਡ ਕੇ ਮਿਲ ਲੈਂਦੇ ਹਾਂ। ਅਤੇ ਬਟ ਠੀਕ ਹੈ ਜੀ, ਅੱਜ ਕੱਲ੍ਹ ਰਿਸ਼ਤਿਆਂ 'ਚ ਕਾਫੀ ਇਮਾਨਦਾਰੀ ਨਹੀਂ ਹੈਗੀ। ਹੁਣ ਕਿਹਾ ਵੀ ਜਿਵੇਂ ਤੁਸੀਂ ਮੁੰਬਈ ਦੀ ਬਹੁਤ ਤੇਜ਼ ਲਾਈਫ ਦੇਖਦੇ ਹੋ, ਹੈ ਨਾ, ਮੈਨੂੰ ਲੱਗਦਾ ਕਿ ਇਨਸਾਨ ਬੜਾ ਇੱਕ ਟਾਈਮ 'ਤੇ ਇਕੱਲਾ ਇਕੱਲਾ ਜਿਹਾ ਵੀ ਮਹਿਸੂਸ ਕਰਦਾ, ਚਾਹੇ ਬਹੁਤ ਲੋਕ ਆਸ ਪਾਸ ਹੋਣ, ਫੈਮਿਲੀ ਦੀ ਇੱਕ ਖਿੱਚ ਰਹਿੰਦੀ ਹੈ ਇਨਸਾਨ ਨੂੰ, ਉਸ ਚੀਜ਼ ਨੂੰ ਕਿਸ ਤਰ੍ਹਾਂ ਟੈਕਲ ਕਰਦੇ ਹੋ ਆਪਣੀ ਲਾਈਫ ਵਿੱਚ, ਜਦ ਬੰਦਾ ਬਹੁਤ ਇਕੱਲਾ ਮਹਿਸੂਸ ਕਰ ਰਿਹਾ ਹੋਵੇ, ਦੇਰ ਇਜ਼ ਐਂਗਜ਼ਾਇਟੀ ਰਨਿੰਗ ਔਨ ਐਵਰੀ ਟਾਈਮ। ਉਦੋਂ ਕੁਛ ਨਹੀਂ, ਕਈ ਵਾਰ ਹੁਣ ਵੀ 2 ਦਿਨ ਜਿਵੇਂ ਹੁਣ ਫਿਲਮ ਦਾ ਸੀਗਾ, ਬਹੁਤ ਜ਼ਿਆਦਾ ਸੀ, ਜਿਹੜੇ ਗੱਲਾਂ ਮਾਰਨ ਵਾਲੇ ਬਹੁਤ ਸੀਗੇ, ਹੈ ਨਾ, ਕਹਿੰਦੇ ਨੇ ਮੈਂ ਚਿਤਕਾਉਮਾਉ ਹੁੰਦਾ, ਹੈ ਨਾ, ਹਾਂਜੀ ਬਹੁਤ ਚਿਤਕਾਉਮਾਉ ਹੋਆ, ਪਰਸੋਂ ਮੈਨੂੰ ਐਂ ਜੀ ਕਰਦੇ ਮੈਂ ਚੀਕਾਂ ਮਾਰਾਂ, ਕਿਉਂਕਿ ਥਿੰਗਸ ਆਰ ਨੋਟ ਗੋਇੰਗ ਔਨ ਦ ਟਰੈਕ ਜਿਹੜੀ ਚੀਜ਼ਾਂ ਪਲਾਨ ਕੀਤੀਆਂ ਸੀਗੀਆਂ, ਹੈ ਨਾ। ਅਤੇ ਬਹੁਤ ਤਜ਼ਰਬੇ ਦਿੱਤੇ ਨੇ ਜੀ ਮੈਨੂੰ ਇਸ ਫਿਲਮ ਨੇ, ਬਹੁਤ ਲੋਕ ਕਹਿੰਦੇ ਸੀਗੇ ਆਪਣੇ, ਕਹਿੰਦੇ ਕਹਾਉਂਦੇ ਇੰਡਸਟਰੀ ਵਾਲੇ ਕਿ ਬਾਈ ਜੀ ਆਪਣੀ ਫਿਲਮ ਹੈ ਜੀ, ਕੋਈ ਗੱਲ ਹੀ ਨਹੀਂ ਹੈਗੀ। ਸੋ ਦੇ ਵੇਸਟਡ ਮਾਈ ਟਾਈਮ ਉਹਨਾਂ ਦਾ। ਹੁਣ ਇੱਕ ਬੰਦੇ ਨੇ ਕਹਿ ਤਾ, ਭਰੋਸੇ ਦੀ ਗੱਲ ਹੁੰਦੀ ਹੈ ਵੀ ਵੀਰੇ ਸਾਡੇ 'ਤੇ ਛੱਡ ਦਿਓ। ਟਰੂ, ਬਿਲਕੁਲ। ਇੱਕ ਫਿਲਮ ਦਾ ਇੱਕ ਪਾਰਟ ਸੀਗਾ, ਕਿਉਂਕਿ ਟੈਕਨੀਕਲੀ ਬਹੁਤ ਚੀਜ਼ਾਂ ਹੁੰਦੀਆਂ ਨੇ, ਬੈਕਗਰਾਊਂਡ ਮਿਊਜ਼ਿਕ ਹੋ ਗਿਆ, ਮਿਊਜ਼ਿਕ ਹੋ ਗਿਆ, ਚਾਹੇ ਗਾਣੇ ਲਿਖਣੇ ਨੇ, ਚਾਹੇ ਕੁਛ ਵੀ ਹੈਗਾ, ਹੈ ਨਾ। ਉਹਨਾਂ ਦੇ ਵਿੱਚੋਂ ਕੁਛ ਇੱਕ ਬੰਦੇ ਸੀਗੇ ਜਿਨ੍ਹਾਂ ਨੇ ਇਹ ਕਹਿੰਦੇ ਕਹਾਉਂਦੇ ਨਾਲੇ, ਅਤੇ ਉਹ ਹਮੇਸ਼ਾ ਕਹਿੰਦੇ ਸੀਗੇ ਬਾਈ ਜੀ ਤੁਸੀਂ ਆਪਣਾ, ਜਦੋਂ ਮੈਂ ਹਿੰਦੀ ਦੇ ਵਿੱਚ ਸੀਗਾ ਵੀ ਹਾਂ ਪੰਜਾਬੀ ਦੇ ਵਿੱਚ ਜਦੋਂ ਆਪਾਂ ਕਰਾਂਗੇ, ਇਕੱਠੇ ਕਰਾਂਗੇ, ਫਲਾਣਾ ਧਕਾਣਾ, ਹੈ ਨਾ। ਸੋ ਉਹ ਦੈਟ ਆਈ ਡੋਂਟ ਲਾਈਕ, ਜੇ ਨਹੀਂ ਹੈਗਾ ਮੈਂ ਤਾਂ ਕਿਹਾ ਨਹੀਂ ਸੀਗਾ ਵੀ ਜੀ ਤੁਸੀਂ, ਉਹ ਸ਼ਾਇਦ ਪ੍ਰੋਫੈਸ਼ਨਲਿਜ਼ਮ ਦੀ ਸ਼ਾਇਦ ਕਮੀ ਆ ਜਾਂ ਕੀ ਆ, ਰੀਜ਼ਨ ਕੀ ਨੇ, ਆਈ ਡੋਂਟ ਨੋ, ਬਟ ਤੁਸੀਂ ਸਿੱਧਾ ਕਹਿ ਦਿਓ ਜੇ ਨਹੀਂ ਹੈਗਾ ਕਿ ਵੀਰੇ ਯਾਰ ਮੈਂ ਬਿਜ਼ੀ ਹੈਗਾ, ਆਪਾਂ ਚੀਜ਼ਾਂ ਨਹੀਂ ਹੋ ਸਕਦੀਆਂ। ਔਰ ਤੁਹਾਡੇ ਤਾਂ ਸਿੱਧਾਂਤ 'ਚ ਵੈਸੇ ਹੀ ਡਿਸਿਪਲਿਨ ਔਰ ਕੰਸਿਸਟੈਂਸੀ ਬਹੁਤ ਉੱਚੀ। ਜੀ ਹਾਂ, ਮੈਨੂੰ ਬਹੁਤ ਉਹ ਹੁੰਦਾ, ਮੈਂ ਆਈ ਰਿਸਪੈਕਟ ਟਾਈਮ, ਚੀਜ਼ਾਂ ਨਹੀਂ ਹੁੰਦੀਆਂ ਮੈਨੂੰ ਨਾ ਚਾਹੁੰਦੇ ਹੋਏ ਵੀ,
ਮੈਨੂੰ ਅੰਦਰੋਂ ਅਜੀਬ ਜਿਹਾ ਹੋਣ ਲੱਗ ਜਾਂਦਾ। ਹੁਣ ਕਿਤੇ ਜਾਣਾ ਹੁੰਦਾ ਟਾਈਮ ਲਈ, ਬ੍ਰਦਰ ਕਹਿ ਦਿੰਦਾ ਵੀ ਹਾਂ ਤੂੰ ਪਹਿਲਾਂ ਹੀ ਉੱਥੇ ਪਹੁੰਚ ਕੇ, ਇਕੱਲਾ ਬੈਠਾ ਰਹਿੰਦਾ, ਕੋਈ ਆਉਂਦਾ ਨਹੀਂ ਹੈਗਾ, ਲੇਟ ਜਾਇਆ ਕਰ। ਮੈਂ ਕਿਹਾ ਬਈ ਕਿਉਂ ਵੀ ਉਹ ਮੇਰੇ ਇਹਦੇ ਵਿੱਚ ਨਹੀਂ ਹੈਗਾ, ਆਈ ਫੋਲੋ ਮਾਈ ਟਾਈਮ। ਮੈਂ ਆਪਣੇ ਆਪ ਨੂੰ, ਜਿਹੜੀ ਮੈਂ ਤੁਹਾਨੂੰ ਓਨੈਸਟੀ ਦੀ ਗੱਲ ਕੀਤੀ ਸੀਗੀ, ਉਹ ਮੈਂ ਕਿਸੇ ਨਾਲ ਬੇਈਮਾਨੀ ਨਹੀਂ ਕਰੂੰਗਾ। ਜੇ ਮੈਂ ਟਾਈਮ 'ਤੇ ਨਹੀਂ ਪਹੁੰਚਿਆ ਤਾਂ ਉਹ ਬੇਈਮਾਨੀ ਮੇਰੀ ਮੇਰੇ ਨਾਲ ਹੋਊਗੀ। ਹੁਣ ਦੂਜੇ ਨਹੀਂ ਕਰਦੇ, ਹੁਣ ਉਹਨਾਂ ਦਾ ਮੈਂ ਕੀ ਕਰ ਸਕਦਾ? ਸੋ ਹਾਂਜੀ, ਜਦੋਂ ਇੱਦਾਂ ਦੀਆਂ ਚੀਜ਼ਾਂ ਆਸੇ ਪਾਸੇ ਨਹੀਂ ਪ੍ਰੋਪਰ ਹੁੰਦੀਆਂ, ਦੈਨ ਆਈ ਫੀਲ ਬੈਡ। ਅਦਰਵਾਈਜ਼ ਨਹੀਂ, ਅਦਰਵਾਈਜ਼ ਤਾਂ ਦੇਖੋ ਕੋਈ ਵੀ, ਜਿਵੇਂ ਮੈਂ ਕਿਹਾ, ਦੁੱਖ ਸੁੱਖ ਆਉਂਦੇ ਰਹਿੰਦੇ ਨੇ, ਉਹਨਾਂ ਅੱਗੇ ਕੁਛ ਨਹੀਂ ਕਰ ਸਕਦੇ। ਪਰ ਕਈ ਚੀਜ਼ਾਂ ਸਾਡੇ ਹੱਥ 'ਚ ਹੁੰਦੀਆਂ, ਚੀਜ਼ਾਂ ਹੁੰਦੀਆਂ ਨੇ, ਉਹ ਤੋਂ ਬਾਅਦ ਵੀ ਤੁਸੀਂ ਆਪਣੇ ਗੱਲਾਂ 'ਤੇ ਖਰੇ ਨਹੀਂ ਉਤਰਦੇ, ਦੈਟ ਹਰਟਸ, ਦੈਟ ਪਾਰਟ ਹਰਟਸ। ਬਿਲਕੁਲ, ਵਿਸ਼ਵਾਸ ਕਰਨਾ ਕਿਸੇ 'ਤੇ ਹੈ ਨਾ, ਔਰ ਫਿਰ ਉਸ ਵਿਸ਼ਵਾਸ ਦਾ ਟੁੱਟਣਾ, ਇਟਸ ਅ ਬਿਗ। ਐਕਚੁਅਲੀ ਗੱਲਾਂ ਵੀ ਬਹੁਤ ਕਰ ਜਾਂਦੇ ਨੇ ਵੀ ਜੀ ਆਏ ਹਾਂ ਹੈ ਨਾ, ਕੀ ਲੋੜ ਹੈਗੀ ਹੈ ਵੀ, ਠੀਕ ਹੈ, ਬਹੁਤ ਵਧੀਆ ਰਿਸ਼ਤੇ ਚੱਲੇ ਜਾਂਦੇ ਨੇਗੇ, ਤੁਸੀਂ ਉਨਾ ਕੁ ਰੱਖੋ ਆਪਾਂ। ਜੇ ਤੁਸੀਂ ਉਹੀ ਹਵਾ 'ਚ ਮਰੀ ਜਾਓ, ਆਉਣਾ ਤਾਂ ਸਾਹਮਣੇ ਹੀ ਹੈ, ਉਹ ਤੋਂ ਬਾਅਦ ਵੀ ਪਤਾ ਨਹੀਂ ਉਹ ਇੱਦਾਂ ਫਿਰ ਰਿਐਕਟ ਕਰਦੇ ਨੇ ਜਿਵੇਂ ਕੁਛ ਹੋਇਆ ਹੀ ਨਹੀਂ ਹੈਗਾ। ਹੋਇਆ ਹੀ ਨਹੀਂ। ਸੋ ਦੈਟ ਇਜ਼ ਸਰਪ੍ਰਾਈਜ਼ਿੰਗ, ਉਹ ਮੈਨੂੰ ਸਮਝ ਨਹੀਂ ਆਇਆ ਹੈਗਾ। ਬਿਲਕੁਲ, ਪ੍ਰੋਫੈਸ਼ਨਲਿਜ਼ਮ ਬਹੁਤ ਉੱਚਾ ਮੈਨੂੰ, ਮੇਰੇ ਲਈ ਵੀ ਆਲਦੋ ਨੰਬਰ 1 ਤੇ ਆਉਂਦਾ। ਅੱਜ ਅਸੀਂ ਲੇਟ ਹੋਣ ਦੀ ਗੱਲ ਕਰਿਆ, ਮੈਂ ਵੀ ਇਸ ਪੋਡਕਾਸਟ ਲਈ ਲੇਟ ਸੀ, ਬਟ ਮੈਂ ਸਿੱਧਾ ਦਿੱਲੀ ਤੋਂ ਆਈ ਹਾਂ ਇਹ ਪੋਡਕਾਸਟ ਕਰਨ ਤੁਹਾਡੇ ਨਾਲ, ਐਂਡ ਇਟ ਫੀਲਸ ਗ੍ਰੇਟ। ਮੈਨੂੰ ਪਤਾ ਲੱਗਿਆ ਸੀਗਾ, ਹਾਂਜੀ ਉਹਨਾਂ ਨੇ ਦੱਸਿਆ ਸੀਗਾ, ਬਟ ਥੋੜ੍ਹਾ ਜਿਹਾ ਸੀਗਾ ਵੀ ਪਹਿਲਾਂ ਟਾਈਮ ਹੈ, ਬਿਕੋਜ਼ 5 ਵਜੇ ਨਾ ਪ੍ਰੀਮੀਅਰ ਅੱਗੇ ਟਾਈਮ ਹੈਗਾ। ਬਿਲਕੁਲ, ਸੋ ਉੱਥੇ ਵੀ ਮੈਨੂੰ ਪਤਾ ਲੱਗਿਆ ਵੀ ਸ਼ਾਇਦ ਥੋੜ੍ਹਾ ਲੇਟ ਹੋ ਜਾਵੇ, ਪਰ ਮੈਨੂੰ 5 ਵਜੇ ਮੇਰੇ ਬੁੱਕਸ ਦੇ ਵਿੱਚ ਟਾਈਮ ਹੈ, ਆਈ ਵਾਂਟ ਟੂ ਬੀ ਔਨ ਟਾਈਮ। ਨਹੀਂ ਗੈਵੀ, ਜਿਹੜਾ ਬੰਦਾ, ਮੈਨੂੰ ਲੱਗਦਾ ਕਿ ਸਮੇਂ ਦੀ ਕਦਰ ਕਰਦਾ, ਸਮਾਂ ਉਸਦੀ ਕਦਰ ਜ਼ਰੂਰ ਕਰਦਾ। ਤੁਹਾਨੂੰ ਵੀ ਕਿੰਨੀ ਵਾਰ ਇੱਦਾਂ ਲੱਗਿਆ ਹੋਏਗਾ ਕਿ ਕਿੰਨੀ ਵਾਰ ਸਮੇਂ ਨੇ ਹੀ ਤੁਹਾਨੂੰ ਸ਼ਾਇਦ ਬਚਾਇਆ ਹੈ ਨਾ। ਟਾਈਮ ਸੇਵਸ ਯੂ ਇਫ ਯੂ ਸੇਵ ਟਾਈਮ। ਹੋ ਸਕਦਾ ਜੀ, ਕਿਤੇ ਨਾ ਕਿਤੇ ਤਾਂ ਤੁਹਾਡੇ ਚੰਗੇ ਕਰਮ ਸਾਹਮਣੇ ਆਉਂਦੇ ਨੇ ਜੀ, ਸੋ ਬਸ ਠੀਕ ਹੈ ਜੀ, ਚਲੇ ਜਾਂਦਾ। ਇਨਸਾਨ ਜ਼ਿੰਦਗੀ 'ਚ ਬਹੁਤ ਕੁਛ ਪਾਉਂਦਾ ਹੈ, ਬਹੁਤ ਕੁਛ ਖੋਂਦਾ ਹੈ। ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਪਲਬਧੀ ਜਿਸ ਨੂੰ ਤੁਸੀਂ ਪਾਇਆ ਹੋਵੇ, ਤੁਹਾਨੂੰ ਕੀ ਲੱਗਦੀ ਹੈ ਹੁਣ ਤੱਕ ਦੀ? ਲੋਕਾਂ ਦਾ ਪਿਆਰ। ਵਾਹ। ਸੋ ਆਈ ਫੀਲ ਜਿਹੜੇ, ਮਤਲਬ ਵੀ ਠੀਕ ਹੈ, ਅਸੀਂ ਇੰਟਰਟੇਨ ਕਰਦੇ ਹਾਂ ਉਹਨਾਂ ਦਾ, ਪਰ ਮੈਂ ਵਿੱਚ ਕਾਫੀ ਸਮਾਂ, ਜੇ ਮੇਰਾ ਕੰਮ ਨਹੀਂ ਵੀ ਆਉਂਦਾ ਤਾਂ, ਜੇ ਮੈਂ ਮਤਲਬ 20 ਸਾਲਾਂ ਤੋਂ ਸਸਟੇਨ ਕਰਕੇ ਬੈਠਾ, ਕਦੇ ਸੋਚਿਆ ਨਹੀਂ ਸੀਗਾ ਵੀ ਆਹ ਚੀਜ਼ਾਂ ਹੋਣਗੀਆਂ, ਤਾਂ ਕਿਤੇ ਨਾ ਕਿਤੇ ਉਹਨਾਂ ਦਾ ਪਿਆਰ ਹੈਗਾ। ਪਰ ਮਿਹਨਤ ਵੀ ਮੈਂ ਬਹੁਤ ਕੀਤੀ ਹੈ ਜੀ। ਬਿਲਕੁਲ, ਸਾਰੇ ਕਰਦੇ ਨੇ ਖੈਰ, ਬਟ ਮੈਨੂੰ ਐਂ ਲੱਗਦਾ ਵੀ ਹਾਂਜੀ, ਉਹ ਜਿਹੜੀ ਉਪਲਬਧੀ ਹੈਗੀ ਆ ਵੀ, ਜਿਹੜੇ ਲੋਕ ਤੁਹਾਨੂੰ, ਕਿਉਂਕਿ ਨਾਮ ਇੱਜ਼ਤ ਕਮਾਉਣੀ ਬਹੁਤ ਔਖੀ ਹੁੰਦੀ ਆ, ਹਾਂਜੀ ਉਹ ਤਾਂ ਸਕਿੰਟ ਲੱਗਦਾ ਜੀ, ਗਵਾਉਣ ਨੂੰ ਸਕਿੰਟ ਲੱਗਦਾ, ਕਮਾਉਣ ਨੂੰ ਬਹੁਤ ਟਾਈਮ ਲੱਗਦਾ। ਜੇ ਤੁਸੀਂ ਕਮਾਉਣ ਤੋਂ ਬਾਅਦ ਵੀ ਕਈ ਵਾਰ ਇੱਕ ਅੱਧਾ ਛੋਟਾ ਜਿਹਾ ਇੰਸੀਡੈਂਟ ਹੋ ਜਾਂਦਾ, ਸਾਰਾ ਮਲਟੀਪਲਾਈ ਬਾਈ 0। ਸੋ ਮਾਨ ਸਾਹਿਬ ਦਾ ਕਿੱਸਾ ਹੋਇਆ ਸੀ, ਗੁਰਦਾਸ ਮਾਨ ਸਾਹਿਬ ਦਾ ਦੇਖ ਲਓ, ਸਾਰੀ ਜ਼ਿੰਦਗੀ ਉਹਨਾਂ ਨੇ ਉਹ ਕੀਤਾ, ਇੱਕ ਇੰਸੀਡੈਂਟ ਹੋਇਆ, ਇੱਕੋ ਦਮ ਉਹੀ ਲੋਕ ਓਪੋਜ਼ਿਟ ਹੋ ਗਏ। ਚਲੋ ਮੈਂ ਇਹ ਮੰਨਦਾ, ਨੰਬਰ 1 ਤਾਂ ਗਲਤੀ ਨਹੀਂ ਸੀ, ਜੇ ਕਿਤੇ ਇੱਕ ਬੰਦਾ ਐਡਾ ਰੁਤਬਾ ਰੱਖਦਾ, ਇੰਨੇ ਉਹਨਾਂ ਨੇ ਪੂਰੀ ਆਪਣੀ ਜ਼ਿੰਦਗੀ ਦੇ ਤੀ ਆਪਣੇ ਵਿਰਸੇ ਨੂੰ, ਹੈ ਨਾ, ਆਪਣੇ ਉਹਨੂੰ, ਇੱਕ ਗਲਤੀ ਜੇ ਕਿਤੇ ਹੋ ਗਈ ਹੋਵੇ, ਵੈਸੇ ਹੋਈ ਨਹੀਂ ਸੀ, ਬਟ ਜੇ ਹੋਵੇ ਤਾਂ ਬੰਦੇ ਨੂੰ ਯਾਰ ਵੈਸੇ ਹੀ ਉਹ ਕਰਦਾ। ਸੋ ਤਾਂ ਮੈਂ ਕਹਿੰਦਾ ਵੀ ਇੱਜ਼ਤ ਗਵਾਉਣੀ, ਨੈਗੇਟਿਵ ਚੀਜ਼ਾਂ ਚੱਕਣ 'ਚ ਲੋਕ ਮਿੰਟ ਲਾਉਂਦੇ ਆ, ਔਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਪਿਆਰ ਕੀਤਾ ਉਹਨਾਂ ਦੇ ਨਾਲ ਖੜੇ ਰਹੇ। ਇਸ ਲਈ ਤੁਸੀਂ ਜਿਹੜੀ ਉਪਲਬਧੀ ਵਾਲੀ ਗੱਲ ਕੀਤੀ, ਸਭ ਤੋਂ ਵੱਡੀ ਕਿ ਲੋਕਾਂ ਦਾ ਪਿਆਰ ਜੀ, ਉਹ ਇਨਸਾਨ ਲਈ ਐਕਚੁਅਲੀ ਬਹੁਤ ਬਹੁਤ ਮਾਇਨੇ ਰੱਖਦਾ। ਬਿਲਕੁਲ ਜੀ, ਮੈਂ ਹੁਣ ਇਹਦੇ ਵਿੱਚ ਮੇਰੇ ਨਾਲ ਬਹੁਤ ਜਾਣੇ ਇੱਦਾਂ ਦੇ ਜੁੜੇ, ਜਿਹਦਾ ਮਤਲਬ ਵੀ ਨਵੇਂ ਦੋਸਤ ਬਣੇ, ਨਵੇਂ ਲੋਕ ਜੁੜੇ। ਸੋ ਅਨਕੰਡੀਸ਼ਨਲ ਲਵ ਜਿਹਨੂੰ ਕਹਿ ਦਾਂਗੇ ਜੀ, ਵੀ ਉਹਨਾਂ ਨੇ ਬਹੁਤ ਸਾਥ ਦਿੱਤਾ। ਤੁਹਾਡਾ ਦੋਸਤ ਬਣਨ ਲਈ ਇਨਸਾਨ ਨੂੰ ਕੀ ਕਰਨਾ ਪੈਂਦਾ, ਕੀ ਹੋਣਾ ਪੈਂਦਾ ਕਿ ਇਮਾਨਦਾਰ ਜੀ, ਸੱਚੇ ਰਹੋ ਜਿੱਦਾਂ ਦੇ ਹੈਗੇ ਹੋ। ਨੇਚਰ ਤਾਂ ਦੇਖੋ ਹਰ ਇੱਕ ਦੀ ਇਨਬਿਲਟ ਹੁੰਦੀ ਹੈ, ਰੱਬ ਨੇ ਬਣਾਈ ਹੈ, ਕੋਈ ਕੌੜੇ ਸੁਭਾਅ ਦਾ, ਤਿੱਖੇ ਸੁਭਾਅ ਦਾ, ਕੋਈ ਸੌਫਟ ਹੈ, ਕਿੱਦਾਂ ਵੀ ਹੈ, ਪਰ ਇਮਾਨਦਾਰ
ਰਹਿਣਾ ਚਾਹੀਦਾ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਤੇ ਖਰੇ ਉਤਰੋ। ਪਾਣ ਦੀ ਗੱਲ ਹੋਈ ਸੀ, ਖੋਣ ਦੀ ਵੀ ਹੋਈ ਸੀ ਜੀ। ਜ਼ਿੰਦਗੀ ਦਾ ਸਭ ਤੋਂ ਵੱਡਾ ਘਾਟਾ ਜੇ ਹੋਇਆ ਹੋਵੇ ਤੇ ਉਸ ਕਿਸ ਚੀਜ਼ ਨੂੰ ਮੰਨਦੇ ਆ? ਮੇਰੇ ਫਾਦਰ ਸਾਹਿਬ ਗੁਜ਼ਰ ਗਏ। ਹਾਂਜੀ, ਉਹ ਮੇਰਾ ਬਿਗੇਸਟ। ਜਦਕਿ ਆਪਾਂ ਜਦ ਸ਼ੁਰੂਆਤ ਵਿੱਚ ਗੱਲ ਕਰ ਰਹੇ ਸੀ, ਮੈਨੂੰ ਤੁਹਾਡੀ ਗੱਲ ਤੋਂ 1% ਵੀ ਇਲਮ ਨਹੀਂ ਹੋਇਆ ਕਿ ਓ ਮਾਈ ਗੋਡ। ਹਾਂਜੀ, ਹੁਣ ਕੀ ਕਰ ਸਕਦੇ ਹਾਂ ਜੀ, ਚੀਜ਼ਾਂ ਹੋ ਗਈਆਂ, ਉਹ ਤਾਂ ਕੋਈ ਵੱਸ ਨਹੀਂ ਚੱਲਦਾ। ਸੋ ਦੈਟ ਵਾਸ ਮਾਈ ਬਟ ਹੀ ਮਸਟ ਬੀ ਵੈਰੀ ਵੈਰੀ ਪ੍ਰਾਊਡ ਆਫ ਯੂ। ਤੁਹਾਨੂੰ ਕਦੇ ਇੱਦਾਂ ਮਹਿਸੂਸ ਹੁੰਦਾ ਹੈ ਦੈਟ ਹਾਂ ਜ਼ਿੰਦਗੀ 'ਚ ਮੈਂ ਇੰਨੀ ਅੱਗੇ ਤੱਕ ਆਇਆ, ਇੰਨਾ ਕੁਛ ਦੇਖ ਕੇ ਆਇਆ, ਅਤੇ ਹੀ ਸ਼ੁੱਡ ਹੈਵ ਬੀਨ ਹੇਅਰ ਯੂ ਨੋ? I'm so sorry. It's okay. Part of life. But there will be many, many stages, Gavi, jithe unna da ashirwad, unna da pyar hamesha tuhade naal hi rahega. Ik ehi nafaz hai, matlab maa pyo di hai na? Yep. ਜਿਹੜੀ ਸਭ ਤੋਂ ਵੱਡੀ ਤਾਕਤ, ਸਭ ਤੋਂ ਵੱਡੀ ਕਮਜ਼ੋਰੀ ਵੀ ਬਣ ਜਾਂਦੀ ਹੈ ਇਨਸਾਨ ਦੀ। ਹਾਂਜੀ ਹਾਂਜੀ, ਚਲੋ ਜੋ ਹੋਣਾ ਹੁੰਦਾ ਜੀ, ਚਲੋ ਅੱਗੇ ਵਧਦੇ ਹਾਂ। ਹਾਂ, ਸੋ ਇੱਕ ਕਲਾਕਾਰ ਇੰਨਾ ਕੁ ਸੌਫਟ ਹੁੰਦੇ ਆ ਨਾ, ਆਪਾਂ ਨੂੰ ਲੱਗਦਾ ਹੈ ਨਾ ਕਿ ਇਹ ਚਕਾ ਚੌਨ, ਇਹ ਲਾਈਟ ਐਂਡ ਐਵਰੀਥਿੰਗ ਮੇਕਸ ਯੂ ਲਾਈਕ ਸੋ ਸਟਰੇਟ ਫੋਰਵਰਡ, ਪਰ ਕਲਾਕਾਰ ਦੀ ਜ਼ਿੰਦਗੀ ਇਹੀ ਹੁੰਦੀ ਹੈ, ਛੋਟਾ ਜਿਹਾ ਦਿਲ ਹੁੰਦਾ ਹੈ, ਔਰ ਕਿੰਨੇ ਸਾਰੇ ਸੁਪਨੇ, ਕਿੰਨੀ ਸਾਰੀ ਮਿਹਨਤ, ਕਿੰਨੇ ਸਾਰੇ ਐਫਰਟਸ ਹੁੰਦੇ ਨੇ ਜੀ ਜੀ। ਸੋ ਗੈਵੀ, ਬਚਪਨ 'ਚ ਕਿਹੋ ਜਿਹੇ ਰਹੇ ਹੋ ਤੁਸੀਂ? ਸ਼ਰਾਰਤੀ ਰਹੇ ਹੋ? ਹਾਂਜੀ, ਸ਼ਰਾਰਤਾਂ ਬਹੁਤ ਕੀਤੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਹਾਂ, ਬੜੀ ਸਿੰਪਲ ਜੀ ਲਾਈਫ ਸੀ ਜੀ। ਹੁਣ ਤਾਂ ਮਤਲਬ ਵੀ ਅੱਜ ਕੱਲ੍ਹ ਬੱਚਿਆਂ ਨੂੰ ਦੇਖਦੇ ਹਾਂ ਜੇ ਕੁਛ ਵੀ ਆ, ਹੁਣ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ, ਸੋ ਉਨੇ ਤੁਹਾਡਾ ਧਿਆਨ ਵੰਡਿਆ ਜਾਂਦਾ ਬੱਚੇ ਇੱਧਰ ਉੱਧਰ। ਉਦੋਂ ਆਪਣੇ ਕੋਲ ਲਿਮਿਟਡ ਜੇ ਸੋਰਸ ਹੁੰਦੇ ਸੀ, ਉਹ 'ਚ ਖੁਸ਼ ਸੀਗੇ। ਹੁਣ ਤਾਂ ਆਏ ਆ ਨਾ ਵੀ ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਫੋਨ ਨਹੀਂ ਸੀ ਹੁੰਦੇ, ਅੱਜ ਤਾਂ ਬੱਚਿਆਂ ਨੂੰ ਇਹ ਟੈਨਸ਼ਨ ਹੁੰਦੀ ਆਸੇ ਪਾਸੇ ਦੇਖ ਕੇ ਯਾਰ ਉਹਦੇ ਕੋਲ ਆਈਫੋਨ ਲੇਟੈਸਟ ਆ ਗਿਆ, ਉਹਦੇ ਕੋਲ ਫਲਾਣਾ ਉਹ ਹੈ, ਉੱਧਰ ਨੂੰ ਪਾਸੇ ਫਿਰ ਵੀਡੀਓ ਗੇਮਸ ਹੋ ਗਈਆਂ, ਫਿਰ ਦੈਨ ਅੱਜ ਕੱਲ੍ਹ ਇੰਨੇ ਉਹ ਸਪੋਰਟਸ ਬਣ ਗਏ, ਫਿਰ ਕਹਿੰਦੇ ਅਸੀਂ ਟਰੈਵਲ ਵੀ ਕਰਨਾ, ਜਹਾਜ਼ 'ਤੇ ਵੀ ਚੜ੍ਹਨਾ, ਆਹ ਵੀ ਕਾਰ ਚਾਹੀਦੀ ਆ, ਉਹ ਵੀ ਚਾਹੀਦਾ। ਸੋ ਕਿੰਨੇ ਦਿਮਾਗ ਉਹਨਾਂ ਦਾ ਇੱਧਰ ਇੱਧਰ ਹੋ ਗਿਆ। ਸਾਡੇ ਵੱਧੋ ਵੱਧ ਕੀ ਸੀ, ਉਹ ਟਾਇਰਾਂ ਨਾਲ ਅਸੀਂ ਡੰਡਾ ਮਾਰ ਕੇ ਉਹ ਭਜਾ ਲੈਣਾ, ਗੋਲੀਆਂ ਖੇਡ ਲੈਣੀਆਂ, ਸੋ ਬਾਂਦਰ ਕਿੱਲਾ। ਸੋ ਆਹੀ ਜਿਹੜੀਆਂ ਸਾਡੀਆਂ ਗੇਮ ਸੀਗੀਆਂ ਉੱਥੇ ਗਲੀ ਦੇ ਵਿੱਚ, ਉਹੀ ਚਾਰ ਜਾਣੇ ਆਪਣੇ ਦੋਸਤ ਜਿਹੜੇ ਸੀਗੇ ਇਕੱਠੇ ਹੋ ਜਾਣੇ। ਅਤੇ ਤੁਸੀਂ ਆਪਣਾ ਪਹਿਲਾ ਫੋਨ ਕਰ ਲਿੱਤਾ ਸੀ? ਫੋਨ ਜੀ ਮੈਂ ਸ਼ੁਰੂ 'ਚ ਹੀ ਲੈ ਰਿਹਾ ਸੀਗਾ, ਉਦੋਂ ਉਹ ਟੀ ਵੀ ਦੇ ਰਿਮੋਟ ਜਿੱਡਾ ਐਡਾ ਵੱਡਾ ਹੁੰਦਾ ਸੀ। ਸੋ ਉਦੋਂ ਜੀ ਬਸ ਸ਼ੁਰੂ 'ਚ ਜਦੋਂ ਆ ਗਏ ਸੀਗੇ, ਆਈ ਥਿੰਕ ਵਿਦ ਇਨ 1-2 ਮੰਥਸ। ਮੈਂ ਕੱਲ੍ਹ ਹੀ ਤੁਹਾਡਾ ਇੰਸਟਾਗ੍ਰਾਮ ਦੇਖ ਰਹੀ ਸੀ ਨਾ, ਅਤੇ ਉਹਦੇ 'ਤੇ ਬਿਲਕੁਲ ਥੱਲੇ ਸਕਰੋਲ ਕਰੋ ਅਤੇ ਤੁਹਾਡੀ ਇੱਕ ਪਿਕਚਰ ਹੈ ਕਿ ਇੰਸਟਾਗ੍ਰਾਮ ਹੁਣ ਨਵਾਂ ਦੇਖਦੇ ਹਾਂ ਇਹਦਾ ਕੀ ਹੁੰਦਾ ਇੰਸਟਾ ਦਾ। ਤੁਸੀਂ ਆਈ ਗੈਸ ਪਹਿਲੀ ਉਹ ਪੋਸਟ ਆਪਣੀ ਸੈਲਫੀ ਪਾਈ ਹੈ ਉਹਦੇ ਵਿੱਚ। ਹਾਂਜੀ, ਮੈਂ ਇੰਸਟਾ ਸ਼ੁਰੂ ਹੋਇਆ ਸੀ ਜੀ ਜੀ। ਜਦੋਂ ਵੀ ਕੋਈ ਐਪ ਆਉਂਦੀ ਹੈ ਮੈਂ ਥੋੜ੍ਹਾ ਜਿਹਾ ਮਤਲਬ ਵੀ ਸੋਸ਼ਲ ਮੀਡੀਆ ਦੇ ਉੱਤੇ ਠੀਕ ਆ ਚੀਜ਼ ਪਾ ਦੇਈ ਦੀ ਹੈ, ਪਰ ਮੈਂ ਇੰਨਾ ਟੈਕ ਫ੍ਰੀਕ ਹੋ ਤੁਸੀਂ, ਤੁਹਾਨੂੰ ਇਸ ਤਰ੍ਹਾਂ ਹੁੰਦਾ ਕਿ ਮੈਂ ਟਰਾਈ ਕਰਾਂ ਇਹ ਨਵੀਂ ਐਪ ਆਈ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਉਸ ਤਰ੍ਹਾਂ ਹੋਣਾ? ਨਹੀਂ, ਮੈਂ ਉਹਦੇ ਵਿੱਚ ਜ਼ਿਆਦਾ ਡੀਪ ਨਹੀਂ ਜਾਂਦਾ, ਬਟ ਅੱਜ ਕੱਲ੍ਹ ਜਿਵੇਂ ਹੁਣ ਤੁਸੀਂ ਸੋਸ਼ਲ ਵੀ ਜ਼ਰੂਰੀ ਹੈ, ਕਨੈਕਟ ਹੋਣਾ, ਇਟਸ ਅ ਪਾਰਟ ਆਫ ਮਾਈ ਜੋਬ ਹੈ ਨਾ, ਅਤੇ ਤਾਂ ਕਰਕੇ ਕੋਈ ਵੀ ਨਵੀਂ ਐਪ ਆਉਂਦੀ ਤਾਂ ਮੈਂ ਉਹਦੇ 'ਤੇ ਆਪਣਾ ਆਈ ਡੀ ਬਣਾ ਲੈਣਾ, ਉਹਨੂੰ ਯੂਜ਼ ਕਰਾਂ ਨਾ ਕਰਾਂ ਬਾਅਦ ਦੀ ਗੱਲ ਆ। ਸੋ ਉਦੋਂ ਪਹਿਲਾਂ ਪਤਾ ਨਹੀਂ ਕਿਹੜੇ ਕਿਹੜੇ ਹੁੰਦੇ ਸੀ, ਹੁਣ ਤਾਂ ਨਾਮ ਮੈਂ ਭੁੱਲ ਗਿਆ। ਔਰਕੁਟ ਹੁੰਦਾ ਸੀਗਾ ਇੱਕ, ਹਾਂ ਔਰਕੁਟ ਹੁੰਦਾ ਸੀ, ਫਿਰ ਹਾਈ ਫਾਈਵ ਪਤਾ ਨਹੀਂ ਕੁਛ ਇਹੋ ਜਿਹਾ ਵੀ ਫਾਈਵ, ਹਾਂ ਹਾਈ ਫਾਈਵ ਬਲੂ ਜੇ ਆਈਕਨ ਦਾ। ਹਾਂਜੀ ਹਾਂਜੀ, ਇਹੋ ਜਿਹਾ ਕੁਛ ਸੀਗਾ, ਅਤੇ ਉਦੋਂ ਫਿਰ ਇੰਸਟਾ
ਇਹ ਲਾਂਚ ਹੋਇਆ, ਮੈਂ ਟਿਕਟੋਕ 'ਤੇ ਨਹੀਂ ਕਦੇ ਗਿਆ, ਚੰਗੀ ਗੱਲ ਹੈ ਵੈਸੇ, ਹੇਟਡ ਲਾਈਕ ਐਨੀਥਿੰਗ, ਕਿਉਂਕਿ ਜਦੋਂ ਚੀਜ਼ਾਂ ਆਈਆਂ ਸੀ ਵੀ ਕੁਛ ਵੀ ਤੁਸੀਂ ਕਰੀ ਜਾਓ, ਅੱਜ ਕੱਲ੍ਹ ਇੰਸਟਾ ਦੇ ਉੱਤੇ ਵੀ ਚੀਜ਼ਾਂ ਹੋ ਗਈਆਂ, ਚਲੋ ਠੀਕ ਹੈ ਲੋਕ ਇੰਟਰਟੇਨ ਕਰਦੇ ਹੈਗੇ ਨੇ ਹੁੰਦੇ ਆ, ਬਟ ਠੀਕ ਹੈ ਜੀ, ਹਰ ਇੱਕ ਦਾ ਆਪਣਾ ਹੋਇਆ, ਬਹੁਤ ਲੋਕਾਂ ਦੇ ਰੁਜ਼ਗਾਰ ਵੀ ਚੱਲ ਰਹੇ ਨੇ ਇਹਦੇ ਉੱਤੇ, ਇਹਦੇ ਨਾਲ ਗੁੱਡ, ਕਾਫੀ ਮਤਲਬ ਚੰਗੀਆਂ ਚੀਜ਼ਾਂ ਦਿੱਤੀਆਂ, ਪਰ ਚੰਗੀਆਂ ਨਾਲੋਂ ਜ਼ਿਆਦਾ ਟਾਈਮ ਬਹੁਤ ਅਨਨੈਸੈਸਰਲੀ ਵੇਸਟ ਹੁੰਦਾ ਹੈਗਾ ਜੀ। ਇਹ ਵੀ ਗੱਲ ਹੈ, ਤੁਸੀਂ ਇੱਕ ਵਾਰ ਰੀਲਸ ਤੇ ਜਾਓ ਤੇ ਅੱਧਾ ਘੰਟਾ ਤੁਹਾਡਾ ਕਿੱਥੇ ਵੈਨਿਸ਼ ਹੋ ਗਿਆ, ਯੂ ਡੋਨਟ ਨੋ। ਯੈਸ ਯੈਸ ਯੈਸ, ਮੈਂ ਬਹੁਤ ਘੱਟ ਦੇਖਦਾ ਜੀ, ਬਹੁਤ ਘੱਟ। ਅੱਛਾ ਗੈਵੀ, ਹੁਣ ਸੰਗਰਾਂਦ ਤੁਸੀਂ ਲੈ ਕੇ ਆਏ ਹੋ, ਹੈ ਨਾ, ਆਲਦੋ ਇਹ ਵਾਲਾ ਜਿਹੜਾ ਜੌਨਰੇ ਹੈ ਫਿਲਮ ਦਾ, ਇਹ ਈਜ਼ੀਲੀ ਐਕਸੈਪਟ ਕਰ ਲੈਂਦੇ ਆ ਸਾਰੇ ਜਾਣੇ ਸ਼ਰੀਕੀ ਬਾਜ਼ੀ ਦਾ, ਹੈ ਨਾ, ਐਕਸ਼ਨ ਦਾ, ਬਟ ਹੁਣ ਇਹ ਦੌਰ ਥੋੜ੍ਹਾ ਜਿਹਾ ਕਾਮੇਡੀ ਵੱਲ ਹੀ ਹੈ ਜ਼ਿਆਦਾ, ਤੁਹਾਨੂੰ ਲੱਗਿਆ ਨਹੀਂ ਕਿ ਕਿਵੇਂ ਸਟੈਂਡ ਆਊਟ ਕਰਾਂਗੇ, ਕਿਵੇਂ ਹੋਏਗਾ, ਕਿਸ ਕਿਸ ਵਿਸ਼ਵਾਸ ਦੇ ਨਾਲ ਤੁਸੀਂ ਹੁਣ ਮੈਦਾਨ 'ਚ ਉਤਰੇ ਹੋ ਸੰਗਰਾਂਦ ਲੈ ਕੇ? ਮੈਨੂੰ ਇਹ ਸੀਗਾ ਜੀ ਵੀ ਜਿਹੜੇ ਚਲੋ ਕਾਮੇਡੀ ਚੀਜ਼ਾਂ ਆ ਰਹੀਆਂ ਨੇਗੀਆਂ, ਹੈ ਨਾ, ਓਬਵੀਅਸ ਜੇ ਲੋਕਾਂ ਦੀ ਡਿਮਾਂਡ ਹੈ, ਡਿਮਾਂਡ ਦੇ ਹਿਸਾਬ ਨਾਲ ਪ੍ਰੋਡਕਟ ਬਾਹਰ ਆਉਂਦਾ ਹੈਗਾ ਗਾ, ਕਿਉਂਕਿ ਆਲਰੇਡੀ ਸਟ੍ਰੈਸ ਲੋਕਾਂ ਦੇ ਮਨਾਂ ਦੇ ਵਿੱਚ ਇੰਨੀ ਹੈਗੀ ਹੈ। ਬਟ ਹੁਣ ਜਿਵੇਂ ਐਨੀਵਲ ਵਰਗੀ ਫਿਲਮ ਆਉਂਦੀ ਹੈ ਜਾਂ ਐਕਸ਼ਨ KGF ਆਈ ਸੀ ਜਾਂ ਕੁਛ ਵੀ ਟਰੂਲੀ, ਉਹ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੇ ਇੰਨੀ ਚੱਕੀ, ਹੈ ਨਾ, ਉਹ ਬਿਲਕੁਲ ਹੀ ਅਲੱਗ, ਜਦੋਂ KGF ਵਾਲਾ ਦੌਰ ਆਇਆ ਇੱਕੋਦਮ ਲੋਕਾਂ ਦਾ ਧਿਆਨ ਉਹਨਾਂ ਨੇ ਈਵਨ ਬਾਲੀਵੁੱਡ ਦੀਆਂ ਵੱਡੀਆਂ ਵੱਡੀਆਂ ਫਿਲਮਸ ਦਾ, ਚੰਗੀਆਂ ਫਿਲਮਸ ਦਾ ਬਾਇਕਆਊਟ ਕੀਤਾ। ਸੋ ਯੂ ਨੈਵਰ ਨੋ ਆਡੀਅੰਸ ਕਿੱਧਰਲੇ ਪਾਸੇ ਹੋ ਜਾਂਦੀ ਹੈ। ਹੁਣ ਫਿਲਮਸ ਕਾਮੇਡੀ ਬਣ ਰਹੀਆਂ, ਲੋਕਾਂ ਦੇ ਵਿਊਜ਼ ਬਹੁਤੇ ਵਧੀਆ ਨਹੀਂ, ਕਹੀ ਜਾਂਦੇ ਨੇ ਜੀ ਉਹੀ ਚੀਜ਼ਾਂ ਉਹੀ ਚੀਜ਼ ਹੈ, 10 ਅਲੱਗ ਅਲੱਗ ਫਿਲਮਾਂ ਦੇ ਸੀਨ ਕੱਟ ਕੇ ਤੁਸੀਂ ਲਾ ਲਓ, ਯੂ ਕਾਂਟ ਆਈਡੈਂਟੀਫਾਈ ਕਿ ਇਹ ਕਿਸੇ ਹੋਰ ਫਿਲਮ ਦਾ, ਇਹ ਕਿਸੇ ਦਾ ਉਹ ਹੈ, ਦੀਜ਼ ਆਰ ਗੈਗਸ। ਪਰ ਹੁਣ ਚੱਲ ਰਹੇ ਆ ਜੀ, ਚਾਹੇ ਲੋਕ ਬੁਰਾ ਭਲਾ ਕਹੀ ਜਾਣ, ਪਰ ਦੇ ਆਰ ਗਿਵਿੰਗ ਰਿਜ਼ਲਟਸ। ਪਰ ਇਹ ਵੀ ਹਾਂ, ਟੋਟੈਲਿਟੀ ਦੇ ਵਿੱਚ ਕਾਫੀ ਘੱਟ ਹੈ, ਸਾਡੀਆਂ ਐਕਸ਼ਨ ਫਿਲਮਸ ਵੀ ਕਾਫੀ ਚੰਗੀਆਂ ਲੋਕਾਂ ਨੇ ਐਪਰੀਸ਼ੀਏਟ ਕੀਤੀਆਂ, ਅਤੇ ਬਾਕੀ ਜਿਹੜੀ ਸੰਗਰਾਂਦ ਹੈਗੀ ਹੈ ਇਹਦੇ ਵਿੱਚ ਹਰ ਇੱਕ ਮਸਾਲਾ ਹੈਗਾ। ਇਹ ਹੈ ਵੀ ਇਹਦਾ ਜੋਨ ਜਿਹੜਾ ਹੈਗਾ, ਦੈਟ ਇਜ਼ ਨੋਟ ਕਾਮੇਡੀ, ਇਟਸ ਅ ਡਰਾਮਾ। ਇਹਦੇ ਵਿੱਚ ਸਾਰੇ ਐਕਸ਼ਨ ਵੀ ਹੈਗਾ, ਇਟਸ ਅ ਰਿਵੈਂਜ ਸਟੋਰੀ, ਰੋਮੈਂਸ ਵੀ ਹੈਗਾ, ਅਤੇ ਜੇ ਆਪਾਂ ਮੈਸੇਜ ਦੀ ਜਾਂ ਮੋਸਟਲੀ ਜਿਵੇਂ ਲੋਕ ਗੱਲ ਕਰਦੇ ਨੇ ਵੀ ਇੱਕ ਮੈਸੇਜ ਇੱਕ ਚੰਗਾ ਹੋਣਾ ਚਾਹੀਦਾ, ਰਿਸ਼ਤਿਆਂ ਨੂੰ ਕਹਿੰਦੀ ਉਹ ਹੈ, ਮੇਰੇ ਲਈ ਤਾਂ ਇੰਪੋਰਟੈਂਟ ਸੀਗੀ ਜੀ, ਮੈਂ ਰਿਸ਼ਤਿਆਂ ਨੂੰ ਬਹੁਤ ਅਹਿਮੀਅਤ ਦਿੰਦਾ। ਸੋ ਇਹਦੇ ਵਿੱਚ ਉਹ ਚੀਜ਼ਾਂ ਹੈਗੀਆਂ ਨੇ, ਸੋ ਆਈ ਗੋਟ ਕਨੈਕਟਡ, ਅਤੇ ਸੋ ਕੰਪਲੀਟ ਆਈ ਥਿੰਕ ਅਸੀਂ ਫਿਲਮ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਮਿਊਜ਼ਿਕ ਬਹੁਤ ਚੰਗਾ, ਲੋਕ ਐਪਰੀਸ਼ੀਏਟ ਕਰ ਰਹੇ ਨੇ, ਸੋ ਜਿੰਨਾ ਕੁ ਅਸੀਂ ਮਿਹਨਤ ਕੀਤੀ ਹੈ, ਜਿੰਨਿਆਂ ਕੁ ਨੇ ਦੇਖੀ ਆ, ਸੋ ਵਧੀਆ ਪੋਜ਼ਿਟਿਵ ਰਿਸਪੋਂਸ, ਆਈ ਐਮ ਹੈਪੀ। ਵੰਡਰਫੁਲ। ਤੁਸੀਂ ਕਿਹਾ ਕਿ ਰਿਸ਼ਤਿਆਂ ਨੂੰ ਤੁਸੀਂ ਬਹੁਤ ਅਹਿਮੀਅਤ ਦਿੱਤੀ ਹੈ, ਅਕਸਰ ਜਿਹੜਾ ਰਿਸ਼ਤਿਆਂ ਨੂੰ ਅਹਿਮੀਅਤ ਦਿੰਦਾ ਇਨਸਾਨ ਹੁੰਦਾ ਉਹ ਕਾਫੀ ਇਮੋਸ਼ਨਲ ਵੀ ਹੁੰਦਾ, ਤੁਹਾਨੂੰ ਕਦੇ ਲਾਈਫ 'ਚ ਲੱਗਿਆ ਕਿ ਮੈਂ ਇਮੋਸ਼ਨਲ ਹੋਇਆ ਇਸ ਲਈ ਮੈਂ ਇੱਥੇ ਮਾਤ ਖਾ ਗਿਆ? ਜਾਂ ਹਮੇਸ਼ਾ ਹੀ ਹੁੰਦਾ ਹੈ, ਅੱਜ ਵੀ, ਅੱਜ ਵੀ ਤੁਸੀਂ ਜਦੋਂ ਇੱਦਾਂ ਹੁੰਦੇ ਹੋ ਤੁਹਾਨੂੰ ਯੂ ਆਰ ਟੇਕਨ ਐਜ਼ ਗਰੰਟਡ, ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਹਦੀ ਕੋਈ ਬੰਦਾ ਕਹਿ ਦਿੰਦਾ ਮੂੰਹ ਦੇ ਉੱਤੇ ਵੀ ਹਾਂ ਯਾਰ ਚੰਗਾ ਹੈ ਇੱਦਾਂ ਇੱਦਾਂ, ਪਰ ਵੈਲਿਊ ਨਹੀਂ ਪੈਂਦੀ ਹੈਗੀ ਜੀ ਉਹਨੂੰ ਬਸ। ਪਰ ਠੀਕ ਹੈ, ਆਪਾਂ ਕਿਸੇ ਦੀ ਮੈਂਟੈਲਿਟੀ ਮੈਂ ਚੇਂਜ ਨਹੀਂ ਕਰ ਸਕਦਾ ਹੈਗਾ। ਜੇ ਮੈਂ ਉੱਦਾਂ ਦਾ ਚੀਜ਼ਾਂ, ਮੈਂ ਕਈ ਵਾਰ ਕੋਸ਼ਿਸ਼ ਕੀਤੀ ਵੀ ਥੋੜ੍ਹਾ ਜਿਹਾ ਮੈਂ ਤਿੱਖਾ ਬਣਾ ਜਾਂ ਵੀ ਇੱਦਾਂ, ਪਰ ਮੇਰੀ ਸੈਲਫ ਕੌਨਸ਼ੀਅਸ ਨੇ ਮੈਨੂੰ ਅਲਾਓ ਨਹੀਂ ਕੀਤਾ। ਰਾਤ ਨੂੰ ਜਦੋਂ ਆਪਾਂ ਸੌਂਦੇ ਹਾਂ, ਉਹ ਜਿਹੜੇ 5-7 ਮਿੰਟ ਹੁੰਦੇ ਨੇ ਸੌਣ ਤੋਂ ਪਹਿਲਾਂ, ਤੁਸੀਂ ਆਪਣੇ ਨਾਲ ਗੱਲਾਂ ਕਰਦੇ ਹੋ ਸਾਰਾ ਦਿਨ ਕੀ ਕੀਤਾ, ਉਹ ਜਦੋਂ ਕੋਈ ਇਹੋ ਜਿਹਾ ਇੰਸੀਡੈਂਟ ਹੋ ਜਾਂਦਾ ਉਹ ਫਿਰ ਤੁਹਾਨੂੰ ਸੌਣ ਨਹੀਂ ਦਿੰਦਾ। ਮੇਰੇ ਲਈ ਤਾਂ ਇੱਦਾਂ ਹੁੰਦਾ ਜੀ, ਕੋਈ ਛੋਟੀ ਜਿਹੀ ਗੱਲ ਹੋ ਜੇ ਨਾ, ਅਤੇ ਉਹਦੇ ਨਾਲ ਹੁਣ ਪਿੱਛੇ ਜੇ ਸਾਡਾ ਉਹ ਸੀਗਾ ਟ੍ਰੇਲਰ ਲਾਂਚ, ਉੱਥੇ ਅਸੀਂ ਕੋਈ ਜ਼ਰੂਰੀ ਕੋਈ ਗੱਲ ਕਰ ਰਹੇ ਸੀ, ਇਹਨੇ ਇੱਕ ਵਿੱਚੋਂ ਹੀ ਇੰਟਰਪਟ ਕਰਕੇ ਕੋਈ ਫੋਟੋ ਖਿਚਾਉਣ ਲਈ ਮੈਡਮ ਸੀਗੇ ਕੋਈ, ਉਹ ਕਹਿੰਦੇ ਫੋਟੋ ਖਿਚਾਉਣੀ, ਮੈਂ ਕਿਹਾ ਇੱਕ ਮਿੰਟ ਵੀ, ਕਿਉਂਕਿ ਉਹ ਗੱਲ ਕੁਛ ਇੱਦਾਂ ਦੀ ਚੱਲ ਰਹੀ ਸੀਗੀ।
ਅਤੇ ਉਹ ਕਹਿੰਦੇ ਨੇ ਜੀ ਸਾਡੇ ਕੋਲ ਥੋੜ੍ਹੀ ਜਿਹੀ ਬ੍ਰੇਕ ਹੈ, ਫਿਲਮ ਸ਼ੁਰੂ ਹੋ ਜਾਣੀ ਹੈ, ਕਰਵਾ ਲਓ, ਹੈ ਨਾ। ਅਤੇ ਫਿਰ ਮੈਂ ਕਿਹਾ ਵੀ ਜਸਟ 1 ਮਿਨਟ, ਅਤੇ ਚਲੋ ਖੈਰ ਉਹ ਚਲੇ ਗਏ ਕਿਉਂਕਿ ਅਸੀਂ ਉੱਦਾਂ ਉਹ ਕਨਵਰਸੇਸ਼ਨ ਚੱਲ ਰਹੀ ਸੀਗੀ। ਇੰਨੀ ਕੁ ਗੱਲ ਹੈਗੀ ਹੈ, ਉਹ ਮੈਂ 2 ਦਿਨ ਸੋਚਦਾ ਰਿਹਾ ਯਾਰ ਵੀ 1 ਸਕਿੰਟ ਲੱਗਣਾ ਸੀਗਾ, ਕਰ ਲੈਂਦਾ ਵੀ ਫੋਟੋ ਕਰ ਲੈਂਦਾ। ਸੋ ਉਹ ਚੀਜ਼ ਪਤਾ ਨਹੀਂ ਕਿਉਂ ਮੈਂ ਚਾਹੁੰਦਾ ਵੀ ਉਹ, ਕਿਉਂਕਿ ਮੇਰੇ ਲਈ ਮਾੜੀ ਆ ਉਹ, ਕੋਈ ਛੋਟੀ ਜਿਹੀ ਗੱਲ ਨੂੰ ਇਹਨਾਂ ਦਿਲ 'ਤੇ ਲੈਣਾ ਨਹੀਂ ਚਾਹੀਦਾ, ਕਿਉਂਕਿ ਜਿੰਨਾ ਸੋਚੀ ਜਾਂਦੇ ਹੋ ਹੈਲਥ ਵਾਈਜ਼ ਇਜ਼ ਨੋਟ ਗੁੱਡ। ਮਤਲਬ ਤੁਸੀਂ ਕੌਨਸ਼ੀਅਸ ਹੋ ਜਾਂਦੇ ਹੋ ਕਿ ਕੋਈ ਮੇਰੇ ਬਾਰੇ ਕੀ ਸੋਚੇਗਾ। ਸੋ ਨਹੀਂ, ਮੈਨੂੰ ਐਂ ਹੁੰਦਾ ਵੀ ਚੱਲ ਯਾਰ 1 ਮਿੰਟ ਦੇ ਦਿੰਦੇ ਵੀ ਸ਼ਾਇਦ ਉਹਨਾਂ ਨੂੰ, ਮੇਰੇ ਲਈ ਇਹ ਹੁੰਦਾ ਹੈਗਾ ਗਾ। ਅਤੇ ਬਟ ਇਹਦੇ ਹੁਣ ਕਈ ਚੀਜ਼ਾਂ ਇੱਦਾਂ ਸੀਗੀਆਂ, ਇੱਕ ਵਾਰ ਇੱਕ ਫਿਲਮ ਦੀ ਅਸੀਂ ਸ਼ੂਟਿੰਗ ਕਰ ਰਹੇ ਸੀਗੇ, ਵੈਨਿਟੀ 'ਚ ਬੈਠਾ ਸੀ, ਮੈਂ ਖਾਣਾ ਖਾ ਰਿਹਾ ਸੀ, ਲੰਚ ਟਾਈਮ ਸੀਗਾ, ਅਤੇ ਬਾਹਰ ਮੁੰਡੇ ਖੜ੍ਹੇ ਸੀ ਕਾਲਜ ਦੇ, ਫੋਟੋ ਮੁੰਡੇ ਕੁੜੀਆਂ ਸੀਗੀਆਂ ਫੋਟੋ ਖਿਚਾਉਣ ਦੇ ਲਈ, ਅਤੇ ਮੈਂ ਉਹਨਾਂ ਨੂੰ ਕਿਹਾ ਵੀ 1 ਮਿੰਟ ਹੈ ਨਾ, ਅਤੇ ਚਲੋ ਜੀ ਰੋਟੀ ਖਾ ਰਹੇ ਹਾਂ, ਬਾਹਰੋਂ ਆਵਾਜ਼ਾਂ ਉਹਨਾਂ ਦੀਆਂ ਸੁਣਦੀਆਂ ਸੀਗੀਆਂ। ਇੱਕ ਕੋਈ ਹੋਰ ਉੱਥੇ ਸੈਲੀਬ੍ਰਿਟੀ ਕੋਈ ਆਏ ਹੈ ਨਾ, ਦੂਜੇ ਨੇ ਕਿਹਾ, ਨਾਲੇ ਠੀਕ ਠਾਕ ਹੀ ਸੀਗੇ, ਉਹ ਕਹਿੰਦੇ ਯਾਰ ਉਹ ਫਲਾਣਾ ਆਇਆ, ਅਤੇ ਉਹ ਕਹਿੰਦੇ ਚੱਲ ਚੱਲ ਚੱਲੀਏ ਫੋਟੋ ਖਿਚਾਉਣਾ, ਉਹ ਕਹਿੰਦਾ ਵੀ ਨਹੀਂ ਨਹੀਂ ਭਾਈ ਨਾਲ ਫੋਟੋ ਖਿਚਾਉਣੀ ਹੈ ਯਾਰ ਵੀ 1 ਮਿੰਟ ਬਸ, ਉਹ ਕਹਿੰਦੇ ਇਹਨਾਂ ਨੇ ਤਾਂ ਖਿਚਾਈ ਲੈਣੀ ਹੈ, ਇਹਨਾਂ ਨੇ ਤਾਂ ਕਹਿੰਦੇ ਖਿਚਾਈ ਲੈਣੀ ਹੈ, ਉਹਦਾ ਨਹੀਂ ਪਤਾ ਹੈਗਾ ਯਾਰ ਉਹ ਬੜਾ ਉਹ ਇੱਦਾਂ। ਮੈਂ ਕਿਹਾ ਹੱਦ ਹੋ ਗਈ, ਅੰਦਰ ਸੋਚ ਰਿਹਾ ਸੀਗਾ, ਪਰ ਠੀਕ ਹੈ ਓਕੇ। ਲੋਕੀ ਬਹੁਤ ਰੂਡ ਕਮੈਂਟਸ ਕਰ ਜਾਂਦੇ ਆ ਕਦੇ ਕਦੇ, ਹੈ ਨਾ, ਮਤਲਬ ਕਿਵੇਂ ਠੀਕ ਹੈ ਸੋਚ ਹੈ ਜਿਹਦੀ ਜਿਹਦੀ ਜਿੱਦਾਂ ਦੀ ਹੈਗੀ ਆ। ਹਾਂ ਇਹ ਤਾਂ ਸਹੀ ਹੈ ਕਿ ਤੁਸੀਂ ਕਿਸੇ ਗੱਲ ਨੂੰ ਖੁਦ ਕਿਵੇਂ ਪਰਸੀਵ ਕਰਦੇ ਹੋ ਉਹ ਡਿਸਾਈਡ ਕਰਦਾ ਕਿ ਉਹ ਤੁਹਾਨੂੰ ਹਰਟ ਕਰੇਗੀ ਜਾਂ ਦੈਟ ਗਿਵਸ ਯੂ ਅਨਦਰ ਲੈਵਲ ਆਫ ਮੋਟੀਵੇਸ਼ਨ ਔਰ ਵਾਟ। ਅਤੇ ਗੈਵੀ ਤੁਸੀਂ ਉਹ ਵੀ ਸਾਊਥ ਇੰਡੀਅਨ ਫਿਲਮਸ ਦੇ ਸ਼ੌਕੀਨ ਹੋ ਤੁਸੀਂ, ਵਿੱਚ ਕਿਹਾ ਵੀ ਕਿ ਮੈਂ ਕਿ ਸਾਊਥ, ਹਾਂਜੀ ਹਾਂ ਚੰਗਾ ਵਧੀਆ ਮਸਾਲਾ ਹੁੰਦਾ ਜੀ। ਸਲਾਰ ਦੇਖੀ ਤੁਸੀਂ? ਸਲਾਰ ਨਹੀਂ ਮੈਂ ਦੇਖੀ। ਸਲਾਰ ਇਜ਼ ਅ ਵੰਡਰਫੁਲ, ਆਈ ਨੋ, ਹਾਂਜੀ ਆਈ ਹਰਟ, ਆਈ ਹਰਟ, ਬਹੁਤ ਚਿਟ ਸਮ। ਮੈਂ ਐਕਚੁਅਲੀ ਪਿਛਲੇ 1.5 ਮਹੀਨੇ ਤੋਂ ਇਹਨਾਂ ਕ ਆਕੂਪਾਈਡ ਹੈ ਨਾ, ਸੋ ਟਾਈਮ ਨਹੀਂ ਲੱਗਿਆ ਜੀ ਦੇਖਣ ਦਾ। ਵੈਸੇ ਤੁਸੀਂ ਅਪ ਟੂ ਡੇਟ ਰਹਿੰਦੇ ਹੋ ਫਿਲਮਸ ਨਾਲ ਕਿ ਜਿਹੜੀ ਨਵੀਂ ਆਵੇ ਦੇਖਣੀ ਜ਼ਰੂਰ ਹੈ? ਨਹੀਂ ਨਹੀਂ ਇੱਦਾਂ ਦੀ ਨਹੀਂ, ਜਿਹੜੀ ਸਿਰਫ ਚੰਗੀ ਫਿਲਮ ਹੁੰਦੀ ਹੈ। ਜਿਵੇਂ ਲਾਸਟ ਕਈ ਆਈਆਂ ਸੀਗੀਆਂ, ਆਈ ਪ੍ਰੈਫਰਡ ਸੈਮ ਬਹਾਦੁਰ, ਅਤੇ ਵੀ ਕਿਉਂਕਿ ਬਾਕੀ ਜਿਹਦਾ ਠੀਕ ਹੈ, ਮੈਂ ਕਿਉਂਕਿ ਅਸੀਂ ਜਦੋਂ ਦੇਖਦੇ ਅਸੀਂ ਇੰਟਰਟੇਨਮੈਂਟ ਹੋਣ ਲਈ ਨਹੀਂ ਦੇਖਦੇ, ਵੀ ਗੋ ਫੋਰ ਦਾ ਟੈਕਨੀਕਲ ਥਿੰਗਸ, ਪਰਫੋਰਮੈਂਸ ਹੋ ਗਈ ਜਾਂ ਟੈਕ ਜੋ ਵੀ ਡਾਇਰੈਕਸ਼ਨ ਹੋ ਗਿਆ ਜਾਂ ਜੋ ਵੀ ਇੱਕ ਚੀਜ਼ਾਂ ਆਪਾਂ ਉਹ ਦੇਖਦੇ ਹਾਂ ਵੀ ਯਾਰ ਕਿੱਥੇ ਗਲਤੀ ਹੈ, ਕਿਹਨੇ ਵਧੀਆ ਕੀਤਾ, ਸੋ ਉੱਦਾਂ। ਸੋ ਹੁਣ ਉਹ ਫਿਲਮਾਂ ਵੀ ਇੰਟਰਟੇਨਮੈਂਟ ਵਾਲੀਆਂ ਨਹੀਂ ਰਹੀਆਂ ਹੈਗੀਆਂ, ਮਤਲਬ ਵੀ ਮੇਰੇ ਲਈ ਵੀ ਉਹਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ। ਕਈ ਵਾਰ ਸੋਚਦਾ ਯਾਰ ਵੀ ਆਪਾਂ ਇੰਜੋਏ ਕਰਨ ਆਏ ਹਾਂ ਵੀ ਚਲੋ ਉਹ ਕਰਦੇ ਹਾਂ, ਬਟ ਪਤਾ ਨਹੀਂ ਐਜ਼ ਐਨ ਐਕਟਰ ਮੇ ਬੀ ਉਹ ਚੀਜ਼ ਆਪਣੇ ਆਪ ਹੀ ਆਟੋਮੈਟਿਕਲੀ ਆ ਜਾਂਦੀ ਹੈ ਯਾਰ ਵੀ ਇੱਥੇ ਆਹ ਹੁੰਦਾ ਆਹ ਹੁੰਦਾ ਜਾਂ ਇੱਦਾਂ ਦੀ ਚੀਜ਼ ਮੈਂ ਕਰਾਂ, ਉਹਨੇ ਕਿੱਦਾਂ ਕੈਰੈਕਟਰ ਨੂੰ ਹੋਲਡ ਕਰਕੇ ਰੱਖਿਆ। ਸੋ ਇੰਨੀ ਚੀਜ਼ ਅੱਛਾ ਇੱਦਾਂ ਦੀ ਚੀਜ਼ ਮੈਂ ਕਰਾਂ, ਕਦੀ ਇਹੋ ਜਿਹੇ ਕਰੈਕਟਰ ਨੂੰ ਕਿਸੇ ਕਰੈਕਟਰ ਨੂੰ ਦੇਖ ਕੇ ਇੱਦਾਂ ਲੱਗਿਆ ਕਿ ਮੈਂ ਹੋਣਾ ਚਾਹੀਦਾ ਸੀਗਾ ਜਾਂ ਮੈਂ ਕਰਾਂ ਸਮਥਿੰਗ ਡ੍ਰੀਮ ਕਰੈਕਟਰ? ਹਾਂਜੀ ਬਹੁਤ ਸਾਰੇ ਨੇਗੇ। ਸੋ ਬੇਸਿਕਲੀ ਮੈਂ ਇੱਕ ਐਕਟਰ ਦੀ ਨਾ ਜੀ, ਮਤਲਬ ਜਿਵੇਂ ਹੁਣ ਇੱਕ ਫਿਲਮ ਹੈਗੀ ਹੈ ਮਾਈ ਲੈਫਟ ਫੁੱਟ, ਆਈ ਐਮ ਦਾ ਬਿਗ ਫੈਨ ਆਫ ਡੈਨਿਸ ਡੇ ਲੂਇਸ, ਓਕੇ ਓਕੇ ਜੀ, ਉਹਨਾਂ ਦੀ ਮਤਲਬ ਬਹੁਤ ਜ਼ਿਆਦਾ ਪਰਫੋਰਮੈਂਸ ਜੇ ਤੁਸੀਂ ਅਲੱਗ ਅਲੱਗ ਦੇਖੋ, ਬਹੁਤ ਸਿਲੈਕਟਡ ਫਿਲਮਸ ਕਰਦੇ, ਲਿੰਕਨ ਕੀਤੀ ਸੀਗੀ ਉਹਨਾਂ ਨੇ, ਲਿੰਕਨ ਦਾ ਕਿਰਦਾਰ ਤੁਸੀਂ ਦੇਖਿਓ, ਅਤੇ ਮਾਈ ਲੈਫਟ ਫੁੱਟ ਦੇ ਵਿੱਚ ਉਹਨਾਂ ਨੇ ਇੱਕ ਨੋਟ ਮੈਂਟਲੀ ਰਿਟਾਇਰਡ ਪਰ ਕਿਆ ਉਹ ਕੀਤੀ, ਹੈ ਨਾ, ਦੈਟ ਇਜ਼ ਪਰਫੋਰਮੈਂਸ। ਅਦਰਵਾਈਜ਼ ਪਰਫੋਰਮੈਂਸ ਤਾਂ ਹੁੰਦੀ ਹੈ, ਇਫ ਵੀ ਸੇ ਕਿ ਜੇ ਆਪਾਂ ਇੱਦਾਂ ਫਿਲਮ ਕਰਨੀ ਹੈ ਜਿਵੇਂ ਹੁਣ ਤੁਸੀਂ KGF ਲਾ ਲਓ, ਠੀਕ ਹੈ ਜੀ, ਫਿਰ ਆਪਣੀ ਤੁਸੀਂ ਐਨੀਮਲ ਹੀ ਲਾ ਲਓ, ਉਹ ਪ੍ਰੈਜੈਂਟੇਸ਼ਨ ਦੀ ਫਿਲਮ ਹੈ, ਕਮਰਸ਼ੀਅਲ ਹਿੱਟਸ ਨੇ ਉਹ, ਹਾਂਜੀ, ਉਹਦੇ ਵਿੱਚ ਉਹ ਕਿਰਦਾਰ ਨੂੰ ਪ੍ਰੈਜੈਂਟ ਬਹੁਤ ਵਧੀਆ ਕੀਤਾ ਗਿਆ। ਔਰ ਮੇਰੇ ਲਈ ਮਤਲਬ ਜੇ ਪ੍ਰੈਜੈਂਟੇਸ਼ਨ ਦੀ ਗੱਲ ਕਰੀਏ, ਇੱਕ ਪੀਕੀ ਬਲਾਈਂਡਰਸ ਸੀਰੀਜ਼ ਹੈਗੀ ਆ, ਸੋ ਵਟ ਅ ਸਟਾਈਲ, ਮਤਲਬ ਜੇ ਤੁਸੀਂ ਦੇਖਦੇ ਹੋ ਲਾਈਟ
ਉਹਦੇ ਵਿੱਚ ਜਿਵੇਂ ਆਪਾਂ ਹੀਰੋ ਦੀ ਆਪਣੇ ਤਾਂ ਇੱਕੋ ਹੀ ਐਂਟਰੀ ਹੁੰਦੀ ਹੈ, ਬਟ ਉਹਨਾਂ ਨੇ ਇੱਕ ਇੱਕ ਸੀਨ ਦੇ ਵਿੱਚ ਵੀ ਉਹ ਐਂਟਰੀ ਵਾਂਗੂ ਹੀ ਲਿਆ, ਉਹ 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 ਹੁੰਦੀ ਹੈ ਪ੍ਰੈਜੈਂਟੇਸ਼ਨ, ਲੋਕਾਂ ਨੇ ਬਹੁਤ ਪਸੰਦ ਕੀਤਾ। ਸੋ ਉੱਦਾਂ ਦੀਆਂ ਚੀਜ਼ਾਂ ਆਈ ਵਾਂਟ, ਪਰ ਮੈਂ ਡੈਫੀਨੇਟਲੀ ਪੰਜਾਬੀ ਦੇ ਵਿੱਚ ਮੇਰੇ ਹੈਗੀ ਹੈ ਵੀ ਮੈਂ ਇੱਦਾਂ ਦੀ ਫਿਲਮ ਡੈਫੀਨੇਟ ਬਣਾਉਣਾ। ਵੀ ਆਰ ਡੈਫੀਨੇਟਲੀ ਲੁਕਿੰਗ ਫੋਰਵਰਡ ਟੂ, ਕਿਉਂਕਿ ਵੱਖ ਵੱਖ ਜੌਨਰਸ ਦੀ ਪਿਕਚਰਸ ਆਣੀ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਸੋ ਅੱਛਾ ਗੈਵੀ, ਟਾਈਗਰ ਵਰਗੀ ਫਰੈਂਚਾਈਜ਼ੀ ਹੈ ਨਾ, ਤੁਸੀਂ ਇੱਕ ਬਹੁਤ ਅਹਿਮ ਕਿਰਦਾਰ ਨਿਭਾਇਆ ਹੈ ਉਹਨਾਂ ਵਿੱਚ, ਕਿਹੋ ਜਿਹਾ ਰਿਹਾ ਉਹ ਐਕਸਪੀਰੀਅੰਸ? ਓਬਵੀਅਸਲੀ ਦੈਟ ਇਜ਼ ਮੋਰ ਡਿਸਿਪਲਿਨਡ ਮੈਂ ਕਹਾਂਗੀ, ਐਂਡ ਮੋਰ ਯੋਰ ਵੇ, ਅਤੇ ਉਹ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ ਜੀ, ਮੈਨੂੰ ਪ੍ਰੋਫੈਸ਼ਨਲੀ ਬਹੁਤ ਕੁਛ ਸਿੱਖਣ ਨੂੰ ਮਿਲਿਆ, ਟਾਈਮ ਮੈਨੇਜਮੈਂਟ ਤੋਂ ਲੈ ਕੇ, ਕਿਉਂਕਿ ਐਡੇ ਵੱਡੇ ਕਰਿਊ ਨੂੰ ਹੈਂਡਲ ਕਰਨਾ, ਅਤੇ ਜਿਹੜੇ ਉਹਦੇ ਡਾਇਰੈਕਟਰ ਸੀਗੇ ਵਿਦ ਰਿਸਪੈਕਟ ਟੂ ਆਲ ਆਲ ਮਤਲਬ ਆਲ ਥਰੀ ਸੀਰੀਜ਼, ਐਡੇ ਵੱਡੇ ਮਤਲਬ ਯੂਨਿਟ ਨੂੰ ਹੈਂਡਲ ਕਰਨਾ ਸਲਮਾਨ ਖਾਨ ਸਾਹਿਬ ਉਤੋਂ, ਮਤਲਬ ਐਡੇ ਸੁਪਰ ਸਟਾਰਸ ਨੂੰ, ਉਹ ਤੋਂ ਬਾਅਦ ਕਿਉਂਕਿ ਯੂਨਿਟ ਬਹੁਤ ਵੱਡੀ ਹੁੰਦੀ ਸੀਗੀ, ਬਟ ਸਾਰਾ ਕੁਛ ਟਾਈਮ ਲਈ, ਕਦੇ ਕੋਈ ਨਹੀਂ ਚਾਹੇ ਅਸੀਂ ਕਿਊਬਾ ਸ਼ੂਟ ਕਰ ਰਹੇ ਚਾਹੇ ਟਰਕੀ ਕਰ ਰਹੇ, ਕਿਉਂਕਿ ਕਿਊਬਾ ਮੈਂ ਤਾਂ ਗੱਲ ਕੀਤੀ ਉੱਥੇ ਕਦੇ ਸ਼ੂਟਿੰਗਸ ਹੀ ਨਹੀਂ ਹੁੰਦੀਆਂ, ਉੱਥੇ ਇੱਕ ਚੀਜ਼ਾਂ ਅਵੇਲੇਬਲ ਨਹੀਂ ਹੈਗੀਆਂ ਈਜ਼ੀਲੀ ਤੁਹਾਡੇ ਉਹ, ਹੈ ਨਾ, ਕਿਉਂਕਿ ਜਿੱਥੇ ਮੰਨ ਲਓ ਹੁਣ ਚੰਡੀਗੜ੍ਹ ਆਪਣੇ ਹੱਬ ਹੈ, ਇੱਥੇ ਤੁਹਾਨੂੰ ਕੈਮਰਾ ਈਜ਼ੀਲੀ ਮਿਲ ਜੂ, ਕੋਈ ਚੀਜ਼ ਇੱਕੋ ਦਮ ਹੈ ਤੁਹਾਨੂੰ ਈਜ਼ੀਲੀ ਅਵੇਲੇਬਲ ਹੋ ਜੂਗੀ, ਪਰ ਉੱਥੇ ਅਸੀਂ ਕੀ ਸੀਗੇ ਰਾਸ਼ਨ ਪਾਣੀ ਤੱਕ ਅਸੀਂ ਨਾਲ ਲੈ ਕੇ ਗਏ ਸੀਗੇ, ਸੋ ਵੀ ਤਾਂ ਕਿ ਉੱਥੇ ਕਿਚਨ ਆਪਣਾ ਹੁੰਦਾ ਸੀ ਵੀ ਕਦੇ ਕਿਸੇ ਨੂੰ ਆਰਟਿਸਟ ਨੂੰ ਇਹ ਨਾ ਹੋਵੇ ਯਾਰ ਵੀ ਮੈਨੂੰ ਇੱਥੇ ਫੂਡ ਪਸੰਦ ਨਹੀਂ ਹੈਗਾ, ਸੋ ਉਹੀ ਚੌਲ ਆਲੂ ਜੋ ਵੀ ਚੀਜ਼ਾਂ ਸੀਗੀਆਂ ਇੱਕ ਹੁੰਦਾ ਹੈ ਨਾ, ਉਹ ਸਾਰਾ ਇੱਥੋਂ ਕੁੱਕ ਸ਼ੈਫ ਸਾਡੇ ਨਾਲ ਗਿਆ ਸੀਗਾ, ਸੋ ਰਾਸ਼ਨ ਪਾਣੀ ਪੂਰਾ ਗਿਆ ਸੀ, ਉਹਨਾਂ ਦਾ ਤਾਂ ਫੂਡ ਹੁੰਦਾ ਹੀ ਹੁੰਦਾ ਸੀ ਬਫੇ ਜਿਹੜਾ ਲੱਗਦਾ ਸੀਗਾ, ਨਾਲ ਸਾਡੀ ਇੰਡੀਅਨ ਕਿਚਨ ਵੀ ਹੁੰਦੀ ਸੀ ਜਿਹਨੂੰ ਜਿਹੜੀ ਚੀਜ਼ ਚਾਹੀਦੀ ਹੈ। ਸੋ ਉਹ ਮੈਂ ਮੈਨੇਜਮੈਂਟ ਦੀ ਗੱਲ ਕਰਦਾ, ਸਾਰੀਆਂ ਚੀਜ਼ਾਂ ਉਹਨਾਂ ਨੇ ਬਹੁਤ ਉਹ ਕੀਤੀਆਂ, ਅਤੇ ਵਰਕ ਵਾਈਜ਼ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ, ਅਤੇ ਬਾਕੀ ਇਟ ਵਾਜ਼ ਲਾਈਕ ਅ ਡ੍ਰੀਮ ਡੈਬਿਊ ਫੋਰ ਮੀ, ਬਿਕੋਜ਼ ਕੈਟਰੀਨਾ ਕੈਫ ਸੀਗੇ, ਸਲਮਾਨ ਖਾਨ ਅਤੇ ਕਬੀਰ ਖਾਨ ਸਰ ਨੇ ਡਾਇਰੈਕਟ ਕੀਤੀ ਸੀ, ਅਤੇ ਯਸ਼ਰਾਜ ਫਿਲਮਸ, ਸੋ ਵਟ ਐਲਸ ਯੂ ਵਾਂਟ, ਹੈ ਨਾ, ਬਿਲਕੁਲ ਵੀ ਐਡੇ ਵੱਡੇ ਉਹਦੇ ਵਿੱਚ। ਸੋ ਆਈ ਫੀਲ ਬਲੈਸਡ ਜੀ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ, ਅਤੇ ਤਿੰਨੇ ਫਿਲਮਾਂ ਦੇ ਵਿੱਚ, ਬਿਕੋਜ਼ ਮੈਂ ਪਾਕਿਸਤਾਨੀ ਕਿਰਦਾਰ ਸੀਗਾ ਮੇਰਾ, ਹੁਣ ਇੱਕ ਸਟੋਰੀ ਦੇ ਵਿੱਚ ਜ਼ਰੂਰੀ ਨਹੀਂ ਵੀ ਹਰ ਇੱਕ ਤਿੰਨੇ ਪਾਕਿਸਤਾਨੀ ਐਂਗਲ ਹੋਊਗਾ, ਜੇ ਪਾਕਿਸਤਾਨੀ ਐਂਗਲ ਹੋਊਗਾ ਤਾਂ ਹੀ ਮੈਂ ਆਊਂਗਾ, ਸੋ ਨਹੀਂ ਤਾਂ ਇੱਕ ਉਹ ਇੱਕ ਰੋ ਏਜੰਟ ਹੈ, ਕਿਤੇ ਵੀ ਆਪਣਾ ਕੁਛ ਉਹਨਾਂ ਦਾ ਮਿਸ਼ਨ ਹੋ ਸਕਦਾ, ਪਰ ਮੇਰੇ ਕਿਸਮਤ 'ਚ ਲਿਖੀਆਂ ਸੀਗੀਆਂ ਤਿੰਨੇ ਫਿਲਮਾਂ, ਕਿਉਂਕਿ ਸੈਕਿੰਡ ਦੇ ਵਿੱਚ ਸਿਰਫ ਮੈਂ ਹੀ ਇਕੱਲਾ ਸੀ ਜਿਹੜਾ ਰਿਪੀਟ ਐਕਟਰ ਸੀਗਾ, ਬਾਕੀ ਸਾਰੇ ਨਵੇਂ ਕਿਰਦਾਰ ਆਏ, ਬੇਸ਼ੱਕ ਉਹ ਕੰਟੀਨਿਊਟੀ ਵਾਲੇ ਸੀਗੇ, ਸੋ ਕਿਤੇ ਨਾ ਕਿਤੇ ਜੀ ਲਿਖਿਆ ਸੀਗਾ ਮੇਰੇ ਉਹਦੇ ਵਿੱਚ। ਕਿਸਮਤ ਨੂੰ ਮੰਨਦੇ ਹੋ ਤੁਸੀਂ? ਬਹੁਤ ਜ਼ਿਆਦਾ ਜੀ, ਕਿਸਮਤ ਮਤਲਬ ਮਿਹਨਤ ਤਾਂ ਜ਼ਰੂਰੀ ਹੈ, ਪਰ ਮਿਲਣਾ ਤੁਹਾਨੂੰ ਉਹੀ ਹੈ ਜੋ ਤੁਹਾਡਾ ਕਿਸਮਤ 'ਚ ਲਿਖਿਆ, ਪਰ ਇਕੱਲਾ ਆਪਾਂ ਕਿਸਮਤ ਦੇ ਉੱਤੇ ਵੀ ਨਹੀਂ ਛੱਡ ਸਕਦੇ, ਦੋਨੇ ਪੈਰਲਲ ਚੱਲਦੇ ਆ, ਕਿਉਂਕਿ ਐਟਲੀਸਟ ਤੁਹਾਨੂੰ ਇਹ ਤਾਂ ਹੁੰਦਾ ਨਾ ਵੀ ਹਾਂ ਯਾਰ ਮੈਂ ਇਸ ਚੀਜ਼ ਲਈ ਐਫਰਟ ਕੀਤੇ, ਐਫਰਟ ਕਰਨਾ ਬਹੁਤ ਜ਼ਰੂਰੀ ਆ, ਤੁਸੀਂ ਇਮਾਨਦਾਰੀ ਨਾਲ ਆਪਣੇ ਐਫਰਟਸ ਕਰੋ ਤਾਂ ਕਿ ਕੱਲ੍ਹ ਨੂੰ ਤੁਸੀਂ ਐਟਲੀਸਟ ਇਹ ਤਾਂ ਨਾ ਕਹਿ ਸਕੋ ਯਾਰ ਮੈਂ ਤਾਂ ਕੋਸ਼ਿਸ਼ ਹੀ ਨਹੀਂ ਕੀਤੀ, ਕੋਸ਼ਿਸ਼ ਕਰੋ ਅੱਗੇ ਤੇਰੇ ਭਾਗ ਲੱਛੀ। ਬਿਲਕੁਲ। ਅੱਛਾ ਗੈਵੀ, ਤੁਹਾਨੂੰ ਦੇਖ ਕੇ ਲੱਗਦਾ ਤੁਸੀਂ ਬਹੁਤ ਸੋਰਟਿਡ ਹੋ, ਤੁਹਾਨੂੰ ਪਤਾ ਹੈ ਕਿ ਕੀ ਚਾਹੀਦਾ ਹੈ, ਕੀ ਚਾਹੀਦਾ ਹੈ, ਕਿਵੇਂ ਬੋਲਣਾ ਹੈ, ਕੀ ਨਹੀਂ ਬੋਲਣਾ ਹੈ, ਪਰ ਅੰਦਰ ਇੱਦਾਂ ਦਾ ਗੱਲਾਂ ਦਾ ਕੜਮਸ ਜਿਹਾ ਕੁਛ ਚੱਲਦਾ ਹੈ, ਮਤਲਬ ਆਰ ਯੂ ਰੀਲੀ ਅ ਸੋਰਟਿਡ ਪਰਸਨ ਇਨਸਾਈਡ? ਜਾਂ ਨਹੀਂ, ਮੈਂ ਡਿਸਟਰਬ ਹੋ ਜਾਣਾ ਬਹੁਤ ਜਲਦੀ। ਹਾਂਜੀ ਹਾਂ, ਮੈਨੂੰ ਡਿਸਿਪਲਿਨ ਪਸੰਦ ਹੈ, ਓਨੈਸਟੀ ਪਸੰਦ ਹੈ, ਜਿਹੜੀ ਕਿ ਹੈ ਹੀ ਨਹੀਂ, ਅਤੇ ਉਹਨੂੰ ਮੈਂ ਯੂ ਕੈਨੋਟ ਸੇ ਕਿ ਆਮ ਓਵਰ ਥਿੰਕ, ਬਟ ਜੇ ਸੋਚਾਂਗੇ ਨਹੀਂ ਫਿਰ ਤਾਂ ਠੀਕ ਹੈ। ਇਮੋਸ਼ਨਲ ਬੰਦਾ ਤਾਂ ਓਵਰ ਥਿੰਕਰ ਹੁੰਦਾ ਹੈ। ਹਾਂਜੀ ਹਾਂ, ਹੁੰਦਾ ਜੀ, ਇਮੋਸ਼ਨਲ ਹੋਣਾ ਨਹੀਂ ਚਾਹੀਦਾ, ਹੋਣਾ ਹੀ ਨਹੀਂ ਚਾਹੀਦਾ, ਹੋਣਾ ਹੀ ਨਹੀਂ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ, ਇਮੋਸ਼ਨਲ ਤੁਹਾਡਾ ਲੌਸ ਹੈ ਖੁਦ ਦਾ, ਕਿਉਂਕਿ ਤੁਹਾਨੂੰ ਉਹ ਚੀਜ਼ਾਂ ਮਿਲਦੀਆਂ ਨਹੀਂ ਨਾ, ਇਮੋਸ਼ਨਲ ਹੋ ਕੇ ਲੈਣਾ ਕੀ ਆ, ਬੇਪਰਵਾਹ ਰਹੋ, ਸਿਹਤ ਵੀ ਵਧੀਆ ਰਹੂਗੀ,
ਨਹੀਂ ਤਾਂ ਮੂੰਹ ਦੇ ਉੱਤੇ ਹੁਣ ਜੇ ਤੁਸੀਂ ਚੰਗੀ ਤਰ੍ਹਾਂ ਦੇਖੋ ਇਹ ਲਾ ਦਿਓ ਪਤਾ ਨਹੀਂ ਕਿੰਨੇ ਕੁਐਸਚਨ ਨੇ ਮੂੰਹ ਦੇ ਉੱਤੇ, ਕਿਉਂਕਿ ਕਦੇ ਉਹ ਦਿਮਾਗ 'ਚ ਗੱਲ ਉਹ ਦਿਮਾਗ 'ਚ, ਜੇ ਮੈਂ ਬੇਪਰਵਾਹ ਮੈਨੂੰ ਕੁਛ ਪਤਾ ਹੀ ਨਹੀਂ ਹੈਗਾ ਮੈਂ ਇੱਥੇ ਕਨੈਕਟ ਕਰੂੰਗਾ ਚੀਜ਼ਾਂ ਨੂੰ। ਪਰ ਬੇਪਰਵਾਹੀ ਸਕਸੈਸ ਬਹੁਤ ਜਲਦੀ ਬਹੁਤ ਈਜ਼ੀਲੀ ਨਹੀਂ ਦਿੰਦੀ, ਮੈਨੂੰ ਇੱਦਾਂ ਲੱਗਦਾ। ਨਹੀਂ ਬੇਪਰਵਾਹੀ ਇਹ ਨਹੀਂ ਵੀ ਤੁਸੀਂ ਕੰਮ ਦੇ ਪ੍ਰਤੀ ਤਾਂ ਇਮਾਨਦਾਰ ਹੋ ਨਾ, ਵੀ ਚੀਜ਼ਾਂ ਨੂੰ ਦਿਲ 'ਤੇ ਨਾ ਲਾਓ। ਮੇਰਾ ਬੇਪਰਵਾਹੀ ਮੇਰੇ ਕਹਿਣ ਦਾ ਭਾਵ ਇਹ ਸੀਗਾ ਵੀ ਠੀਕ ਹੈ ਓਕੇ ਆ ਲੀਵ ਦੈਟ, ਜੋ ਹੋ ਰਿਹਾ ਜੋ ਹੋ ਰਿਹਾ ਠੀਕ ਹੈ, ਤੁਸੀਂ ਆਪਣੀ ਇਮਾਨਦਾਰੀ ਨਾਲ ਕੰਮ ਕਰਦੇ ਜਾਓ, ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਹੋਈ ਜਾਣ ਦਿਓ, ਪਰ ਇਹ ਕਹਿਣਾ ਹੀ ਸੌਖਾ। ਸੋ ਜੇ ਹਾਂਜੀ ਹਾਂ ਤੁਹਾਡੀ ਨੇਚਰ ਦੇ ਵਿੱਚ ਜੇ ਉਹ ਚੀਜ਼ਾਂ ਨਹੀਂ ਹੈਗੀਆਂ ਸੋ ਯੂ ਕਾਂਟ ਹੈਲਪ। ਤੁਹਾਨੂੰ ਕਿਹਾ ਨਾ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਆ, ਠੀਕ ਹੈ ਫੋਰ ਟਾਈਮ ਬੀਂਗ ਸ਼ਾਇਦ ਭੁੱਲ ਜਾਂਦੇ ਆ, ਪਰ ਨਹੀਂ ਮੈਥੋਂ ਤਾਂ ਨਹੀਂ ਹੁੰਦਾ ਹੈਗਾ। ਸੋ ਮੈਂ ਮੈਡੀਟੇਸ਼ਨ ਦੀ ਵੀ ਕੋਸ਼ਿਸ਼ ਕੀਤੀ, ਉਹ ਵੀ ਨਹੀਂ ਹੁੰਦੀ ਹੈਗੀ, ਬਹੁਤ ਮੁਸ਼ਕਿਲ ਹੈ, ਬੜੀ ਪ੍ਰੈਕਟਿਸ ਚਾਹੀਦੀ ਹੈ ਮੈਡੀਟੇਸ਼ਨ। ਯਾ ਹਾਂਜੀ ਹਾਂਜੀ, ਮੈਨੂੰ ਕਈ ਜਣੇ ਕਿਹਾ ਵੀ ਜੇ ਇੰਨਾ ਜ਼ਿਆਦਾ ਹੋ ਹੁੰਦਾ ਮਨ ਡੋਲਦਾ ਅਤੇ ਮੈਡੀਟੇਟ ਕਰ ਲਿਆ ਕਰੋ ਇੱਕ ਵਾਰੀ ਤਾਂ ਰਾਤ ਨੂੰ। ਮੇਰੇ ਲਈ ਸਭ ਤੋਂ ਪਹਿਲਾਂ ਮੈਡੀਟੇਸ਼ਨ, ਕਿਉਂਕਿ ਇੰਨਾ ਪਤਾ ਨਹੀਂ ਸੀਗਾ ਮੈਨੂੰ, ਯਾਦ ਹੈ ਬੰਬੇ ਸੀਗੇ ਫਲੈਟ ਦੇ ਵਿੱਚ, ਰਾਤ ਨੂੰ 2 ਵਜੇ ਨਾ ਮੈਂ ਉਹ ਫਲੂਟ ਲਾ ਲਈ ਬੰਸ ਉਹਦੇ ਵਾਲੀ, ਹੈ ਨਾ ਜਿਹੜੀ ਵੀ ਇੱਦਾਂ, ਉਹ ਤਾਂ ਇਹੀ ਜਿਹੀ ਫਲੂਟ, ਮੈਂ ਤਾਂ 1 ਮਿੰਟ ਬਾਅਦ ਮੈਨੂੰ ਡਰ ਲੱਗਣ ਲੱਗ ਗਿਆ। ਨਹੀਂ ਨਹੀਂ ਉਹ ਤਾਂ ਡਰ ਲੱਗਣ ਲੱਗ ਗਿਆ, ਭੂਤੀਆ ਜੀ ਆਵਾਜ਼ ਸੀਗੀ ਉਹਨੂੰ ਛੱਡਿਆ, ਪਾਠ ਲਾ ਲਿਆ ਮੈਂ ਤਾਂ, ਪਾਠ ਲਾ ਕੇ ਸੌ ਗਿਆ। ਰੱਬ 'ਤੇ ਵਿਸ਼ਵਾਸ ਰੱਖਦੇ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਪਾਠ ਪਾਠ ਰੋਜ਼ ਕਰਦਾ ਜੀ, ਹਰ ਰੋਜ਼ ਕਰਦਾ ਜੀ। ਗ੍ਰੇਟ ਗ੍ਰੇਟ, ਬਹੁਤ ਵਧੀਆ। ਸੋ ਗੈਵੀ ਜੇ ਗੱਲ ਕਰੀਏ, ਮੈਂ ਦੁਬਾਰਾ ਇੱਕ ਵਾਰ ਸੰਗਰਾਂਦ 'ਤੇ ਹੀ ਆਵਾਂਗੀ, ਕੋ ਐਕਟਰਸ ਨਾਲ ਕੋ ਸਟਾਰਸ ਨਾਲ ਕੰਮ ਕਰਕੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ, ਕਿੱਦਾਂ ਦਾ ਟਾਈਮ ਨਿਕਲਿਆ? ਸਾਰੇ ਸਾਰੇ ਬਹੁਤ ਵਧੀਆ ਸੀਗੇ, ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਹਰ ਇੱਕ ਤੋਂ ਅਲੱਗ ਅਲੱਗ ਚੰਗੀਆਂ ਮਾੜੀਆਂ। ਸੋ ਠੀਕ ਹੈ ਜੀ, ਵਧੀਆ। ਐਗਜ਼ੀਕਿਊਟਿਵ ਪ੍ਰੋਡਿਊਸਰ ਪ੍ਰੋਡਿਊਸਰ ਦੇ ਤੌਰ ਤੇ ਵੀ ਤੁਸੀਂ ਇਸ ਫਿਲਮ ਵਿੱਚ? ਮੈਂ ਇਹਦੇ ਵਿੱਚ ਜੀ, ਮੇਰੇ ਉਹਦਾ ਨਾਮ ਹੈਗਾ, ਮੇਰੇ ਪ੍ਰੋਡਕਸ਼ਨ ਹਾਊਸ ਦਾ ਨਾਮ ਹੈਗਾ ਜੀ। ਹਾਂਜੀ ਹਾਂ, ਅਤੇ ਬਟ ਉਹ ਵੈਸੇ ਹੈ ਜੀ ਨਾਮ, ਉਹਦੇ ਵਿੱਚ ਮੈਨੂੰ ਕੋਈ ਉਹ ਨਹੀਂ ਹੈਗਾ, ਬਿਕੋਜ਼ ਮੈਨੂੰ, ਮੈਂ ਇਹਦੇ ਵਿੱਚ ਪ੍ਰੋਡਕਸ਼ਨ ਹਾਊਸ ਜਦੋਂ ਮਤਲਬ ਪ੍ਰੋਡਿਊਸਰਸ ਦੇ ਨਾਲ ਮੇਰੀ ਇੱਕ ਡੀਲ ਸੀਗੀ ਕਿ ਇੱਕ ਕਿੱਦਾਂ ਆਊਗਾ, ਆਈ ਡਿਡਨਟ ਪੁੱਟ ਦਾ ਮਨੀ ਇਨ ਦਿਸ, ਮੈਂ ਪੈਸੇ ਨਹੀਂ ਲਾਏ ਹੈਗੇ, ਅਤੇ ਪਰ ਉਹ ਮਤਲਬ ਸ਼ੇਅਰ ਹੋਲਡਰ ਆਉਂਦੇ ਸ਼ੇਅਰ ਹੋਲਡਰ, ਅਤੇ ਬਾਕੀ ਮੈਨੂੰ ਇਹ ਸੀਗਾ ਕਿ ਪ੍ਰੋਜੈਕਟ ਨੂੰ ਮੈਂ ਡਿਜ਼ਾਈਨ ਕਰੂੰਗਾ ਜਦੋਂ ਅਸੀਂ ਸ਼ੁਰੂ ਕਰ ਰਹੇ ਸੀਗੇ, ਪਰ ਕਈ ਚੀਜ਼ਾਂ ਇੰਨੀਆਂ ਜਿਹੀਆਂ ਆਈਆਂ ਕਿ ਉਹ ਮੈਂ ਸਾਰੀ ਅਥਾਰਟੀ, ਇੱਕ ਮੈਨੂੰ ਉੱਦਾਂ ਦੀ ਟੀਮ ਨਹੀਂ ਮਿਲ ਸਕੀ ਕਿ ਜਿਹੜੀ ਉਹ ਕਰੇ, ਕਿਉਂਕਿ ਮੈਂ ਉੱਦਾਂ ਦੀ ਟੀਮ ਦੀ ਭਾਲ ਦੇ ਵਿੱਚ ਸੀਗਾ ਕਿ ਮੇਰੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਦਾ ਸਿਨੇਮਾ, ਵਟ ਕਾਇੰਡ ਆਫ ਸਿਨੇਮਾ ਆਈ ਵਾਂਟ ਟੂ ਸੇ ਵੀ ਮੈਂ ਬਣਾਵਾਂ, ਕਿਉਂਕਿ ਹੁਣ ਲੋਕਾਂ ਨੂੰ ਇਹ ਹੁੰਦਾ ਵੀ ਹਾਂਜੀ ਗਿਆਵੀ ਚਹਿਲ ਦੇ ਫਿਲਮਸ ਦੇ ਵਿੱਚ ਸੰਗਰਾਂਦ ਆਈ ਆ, ਉਹਨੂੰ ਦੇਖ ਕੇ ਇੱਕ ਬੰਦਾ ਉਹ ਕਰ ਲੈਂਦਾ ਵੀ ਹਾਂਜੀ ਵਟ ਕਾਇੰਡ ਆਫ ਫਿਲਮ ਹੀ ਕੈਨ ਮੇਕ, ਜਾਂ ਹਾਂ ਹੀ ਇਜ਼ ਹੈਵਿੰਗ ਦਾ ਕੈਪੈਸਿਟੀ ਟੂ ਮੇਕ ਅ ਫਿਲਮ, ਅਦਰਵਾਈਜ਼ ਇਹ ਸੀ ਵੀ ਐਕਟਰ ਹੈ ਵੀ ਫਿਲਮ ਪਤਾ ਨਹੀਂ ਬਣਾ ਪਾਊਗਾ ਕਿ ਨਹੀਂ ਬਣਾ ਪਾਊਗਾ, ਪਰ ਹੁਣ ਮੇਰੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਆ ਰਹੀ ਹੈ ਤਾਂ ਮੈਂ ਇੱਕ ਉਹ ਵਾਲਾ ਖਾਨਾ ਸਿਰਫ ਉਹਦੇ ਲਈ ਪੂਰਾ ਕੀਤਾ ਵੀ ਹਾਂਜੀ ਕੱਲ੍ਹ ਨੂੰ ਇੰਡੀਪੈਂਡੈਂਟਲੀ ਮੈਂ ਕੋਈ ਚੀਜ਼ ਕਰ ਸਕਾਂ। ਸੋ ਮੈਂ ਇਨਵੋਲਵ ਤਾਂ ਸੀ ਕਿਉਂਕਿ ਮੈਂ ਦੇਖਣਾ ਚਾਹੁੰਦਾ ਸੀਗਾ ਕਿੱਦਾਂ ਸਿਸਟਮ ਕੰਮ ਕਰਦਾ ਹੈਗਾ। ਮਤਲਬ ਤੁਸੀਂ ਇਨੋਵੇਸ਼ਨ, ਮਤਲਬ ਆਪਣੇ ਆਪ ਨੂੰ ਐਕਸਪਲੋਰ ਕਰਦੇ ਰਹਿੰਦੇ ਹੋ ਕਿ ਇਹ ਵੀ ਕਰਕੇ ਦੇਖ ਲੈਂਦੇ ਹਾਂ ਜੀ। ਟਰੂ ਟਰੂ, ਹਾਂਜੀ ਹਾਂਜੀ ਹਾਂਜੀ, ਕਿਉਂਕਿ ਇਸ ਲਾਈਨ ਤੋਂ ਬਿਨਾਂ ਹੋਰ ਤਾਂ ਕੁਛ ਕਰ ਨਹੀਂ ਸਕਦੇ ਹੈਗੇ। ਸੋ ਹੁਣ ਐਕਟਰ ਦਾ ਤਾਂ ਹੁਣ ਯੂ ਨੈਵਰ ਨੋ, ਫਿਜ਼ੀਕਲੀ ਤੁਸੀਂ ਕਦੇ ਫਿੱਟ ਹੋ ਅਨਫਿੱਟ ਹੋ, ਤੁਸੀਂ ਕਿੰਨਾ ਸਸਟੇਨ ਕਰੋਗੇ, ਤੋ ਹੋਰ ਕੋਈ ਕੰਮ ਤਾਂ ਹੋਣਾ ਨਹੀਂ ਜੀ, ਤਾਂ ਕਰਕੇ ਹੁਣ ਇਹਦੇ ਵਿੱਚ ਆਏ ਆ ਵੀ ਚਲੋ ਫਿਲਮ ਮੇਕਿੰਗ ਦੇ ਵੱਲ ਜੇ ਆਪਣਾ ਪ੍ਰੋਡਕਸ਼ਨ ਹਾਊਸ ਵਧੀਆ ਸੈੱਟ ਹੁੰਦਾ ਤਾਂ ਆਪਣੇ ਇਨ ਹਾਊਸ ਦੀ ਸੋਚੋ ਬਣਾ ਪਾਓ, ਇਸ ਤੋਂ ਵੱਡਾ ਹੋਰ ਮੈਨੂੰ ਨਹੀਂ ਲੱਗਦਾ ਕੋਈ ਤਾਕਤ ਹੈ ਇਨਸਾਨ। ਜੀ ਜੀ ਜੀ, ਕਿਉਂਕਿ ਇਟਸ, ਮੈਂ ਇੱਕ ਡਾਇਰੈਕਟਰ ਨੂੰ ਜਾਂ ਜਿਹੜੇ ਆਪਣੇ ਕਲਾਕਾਰ ਨੇ ਜਾਂ ਕੁਛ ਨਹੀਂ ਹੈ, ਸਪੈਸ਼ਲੀ ਡਾਇਰੈਕਟਰ, ਜਿਵੇਂ ਰੱਬ ਨੇ ਤਾਂ ਚਲੋ ਆਈ ਐਮ ਨੋਟ ਕੰਪੇਅਰਿੰਗ ਦੈਮ ਵਿਦ ਗੋਡ, ਬਟ ਅਦਰਵਾਈਜ਼ ਉਹ ਜਿੱਦਾਂ ਦੀ ਦੁਨੀਆ ਕ੍ਰੀਏਟ ਕਰਨੀ, ਜਿਵੇਂ ਰੱਬ ਨੇ ਇੱਕ ਦੁਨੀਆ ਬਣਾਈ ਹੈ, ਉਹ ਜਿੱਦਾਂ ਦੀ ਮਰਜ਼ੀ ਦੁਨੀਆ ਕ੍ਰੀਏਟ ਕਰ ਸਕਦਾ, ਉਹ ਸਾਨੂੰ ਭੂਤ ਦਿਖਾ ਦਿੰਦੇ ਨੇ। ਇਹ ਹੁਣ ਉਹਨਾਂ ਦੀ ਕਨਵਿਕਸ਼ਨ ਹੈ ਕਿ ਉਹ ਕਿੰਨੀ ਸੱਚਾਈ ਦੇ ਨਾਲ, ਕਿੰਨੀ ਵਧੀਆ ਤਰੀਕੇ ਨਾਲ, ਹੁਣ ਆਪਾਂ ਦੇਖਦੇ ਹਾਂ ਭੂਤ ਵਾਲੀਆਂ ਫਿਲਮਾਂ, ਦੇਖਦੇ ਹਾਂ ਯਕੀਨ ਕਰ ਲੈਂਦੇ ਵੀ ਹਾਂ ਯਾਰ ਭੂਤ ਹੁੰਦੇ, ਪਰ ਅਸਲ ਦੇ ਵਿੱਚ ਕਿੰਨੇ ਕਿੰਨੇ ਦੇਖੇ ਆ, ਹੈ ਨਾ।
ਹੁਣ ਜਾਂ ਫਿਰ ਡਾਇਨਾਸੋਰਸ ਦੀਆਂ ਫਿਲਮਸ ਆਉਂਦੀਆਂ ਉਹ ਇੰਨੇ ਵਧੀਆ ਤਰੀਕੇ ਨਾਲ ਦਿਖਾਈਆਂ ਹੁੰਦੀਆਂ ਸੀ, ਯਕੀਨ ਕਰ ਲੈਂਦੇ ਵੀ ਯਾਰ ਇੱਦਾਂ ਦਾ ਹੋਊਗਾ ਇਹ ਹੋਊਗਾ। ਸੋ ਇੱਕ ਡਾਇਰੈਕਟਰ ਜਾਂ ਇੱਕ ਮੇਕਰ ਜਿਹੜਾ ਹੈਗਾ ਉਹ ਇੱਕ ਵੱਖਰੀ ਦੁਨੀਆ ਕ੍ਰੀਏਟ ਕਰ ਦਿੰਦਾ। ਸੋ ਜਦੋਂ ਤੁਸੀਂ ਡੀਪਲੀ ਇੱਦਾਂ ਹੋ ਜਾਂਦੇ ਹੋ, ਜਦੋਂ ਆਪਣੇ ਰਿਜ਼ਲਟ ਨੂੰ ਦੇਖਦੇ ਹੋ, ਇਟ ਗਿਵਸ ਯੂ ਸੈਟਿਸਫੈਕਸ਼ਨ ਯਾਰ ਕਿ ਇਹ ਮੇਰੀ ਦੁਨੀਆ, ਮੇਰੀ ਕ੍ਰੀਏਟ ਕੀਤੀ ਹੋਈ ਦੁਨੀਆ, ਵਟ ਆਈ ਵਾਂਟ ਟੂ ਸੀ, ਵਟ ਆਈ ਵਾਂਟ ਟੂ ਸੇ। ਸੋ ਇਟਸ ਅ ਵੰਡਰਫੁਲ ਜੋਬ ਜੀ, ਬਹੁਤ ਵਧੀਆ। ਅੱਛਾ ਗੈਵੀ, ਜਿਹੜੇ ਜਿਹੜੇ ਐਕਟਰਸ, ਜਿਹੜੇ ਆਰਟਿਸਟ ਪੰਜਾਬ ਤੋਂ ਹੁੰਦੇ ਨੇ, ਹੈ ਨਾ, ਵੈਨ ਦੇ ਮੂਵ ਟੂਵਰਡਸ ਬੋਲੀਵੁੱਡ, ਫਿਰ ਬਾਅਦ 'ਚੋਂ ਕੰਮ ਮਿਲਦਾ ਹੈ, ਕੰਮ ਬਹੁਤ ਸਕਸੈਸਫੁਲ ਹੁੰਦਾ ਹੈ ਔਰ ਤੁਹਾਡਾ ਨਾਮ ਬਹੁਤ ਅੱਛੇ ਅੱਛੇ ਪ੍ਰੋਜੈਕਟਸ ਵਿੱਚ ਹੈ ਨਾ, ਬਟ ਬੰਦਾ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਜੜ੍ਹਾਂ ਨਾਲ ਜੁੜਿਆ ਰਹਾਂ, ਪੰਜਾਬ ਨਾਲ ਜੁੜਿਆ ਰਹਾਂ। ਇਸ ਬਾਰੇ ਤੁਹਾਡਾ ਕੀ ਉਹ ਹੈ? ਬਿਲਕੁਲ ਜੀ, ਕਿਉਂਕਿ ਇਮੇਜਿਨ ਸਮਡੇ ਯੂ ਆਰ ਟੋਟਲੀ ਡਿਕਲਾਈਨ, ਮਤਲਬ ਤੁਸੀਂ ਟੋਟਲੀ ਇਨਕਲਾਈਨਡ ਟੂਵਰਡਸ ਬੋਲੀਵੁੱਡ ਹੋ, ਤੁਸੀਂ ਵਾਪਸੀ ਆਓਗੇ, ਬਣਾਓਗੇ। ਮੈਂ ਪ੍ਰੋਡਕਸ਼ਨ ਹਾਊਸ ਕਿਉਂ ਲੈ ਕੇ ਆ ਰਿਹਾ, ਮੈਂ ਉਹੀ ਹੈ ਨਾ, ਸਿਰਫ ਇਸੇ ਗੱਲ ਕਰਕੇ ਵੀ ਜੇ ਕਿੰਨਾ ਵੀ ਤੁਸੀਂ ਉੱਧਰ, ਮੈਂ ਆਕੋਪਾਈਡ ਹਾਂ, ਜੇ ਇੱਥੇ ਸਿਸਟਮ ਵਧੀਆ, ਮੇਰੀ ਚੰਗੀ ਟੀਮ ਮਿਲ ਜਾਂਦੀ ਹੈ ਮੈਨੂੰ, ਤਾਂ ਮੈਂ ਨਾਲ ਦੀ ਨਾਲ ਇਹ ਕਰਦਾ ਰਹੂੰਗਾ, ਕਿਉਂਕਿ ਮੈਨੂੰ ਇਨਰ ਸੈਟਿਸਫੈਕਸ਼ਨ ਜਿਹੜੀ ਹੈਗੀ ਆ ਉਹ ਇਹੀ ਕਰਕੇ ਮਿਲਦੀ ਹੈ ਮੈਨੂੰ, ਇਹ ਵੀ ਮੈਂ ਇੱਥੇ ਹੀ ਇੰਨਾ ਜ਼ਿਆਦਾ ਸੈੱਟ ਹੋ ਜਾਵੇ, ਕੰਮ ਹੋ ਜਾਵੇ ਉੱਧਰਲੇ ਪਾਸੇ, ਹਾਂ ਜਦੋਂ ਕੋਈ ਕੰਮ ਹੈ ਤਾਂ ਮੈਂ ਚਲਿਆ ਜਾਵਾਂ, ਬਟ ਜ਼ਿਆਦਾ ਮੇਰਾ ਧਿਆਨ ਇੱਥੇ ਹੋਵੇ, ਮੈਂ ਆਪਣੇ ਪਰਿਵਾਰ ਦੇ ਵਿੱਚ ਰਹਾਂ, ਕਿਉਂਕਿ ਉਹ ਬੰਬੇ ਨਹੀਂ ਰਹਿ ਸਕਦੇ ਹੈਗੇ। ਸੋ ਉਹਨਾਂ ਲਈ ਉੱਥੇ ਰਹਿਣਾ ਬਹੁਤ ਔਖਾ, ਈਵਨ ਆਪਣੇ ਲਈ ਵੀ ਰਹਿਣਾ ਬਹੁਤ ਔਖਾ, ਬਟ ਐਂ ਵੀ ਚਲੋ ਆਈ ਐਮ ਯੂਜ਼ ਟੂ, 20 ਸਾਲ ਹੋ ਗਏ, ਹੁਣ ਤਾਂ 19 ਸਾਲ ਹੋ ਗਏ ਮੈਂ ਉਸ ਮਾਹੌਲ ਦੇ ਵਿੱਚ ਢਲ ਗਿਆ, ਪਰ ਫਿਰ ਵੀ ਕਿਤੇ ਨਾ ਕਿਤੇ ਮਤਲਬ ਮੇਰੀ ਇਹ ਜ਼ਿੰਦਗੀ ਨਹੀਂ, ਮੈਂ ਜ਼ਿੰਦਗੀ ਉੱਥੇ ਕੱਟੂੰਗਾ, ਜਿਹੜਾ ਖੁੱਲ੍ਹਾਪਨ, ਜਿਹੜੀਆਂ ਮਤਲਬ ਵੀ ਠੀਕ ਹੈ, ਬੀਇੰਗ ਅ ਨੇਮ, ਜਦੋਂ ਤੁਹਾਨੂੰ ਚਾਰ ਲੋਕ ਪਹਿਚਾਨਣ ਲੱਗ ਜਾਂਦੇ ਨੇ, ਤੁਹਾਡੀ ਲਾਈਫ ਬਹੁਤ ਲਿਮਿਟਿਡ ਹੋ ਜਾਂਦੀ, ਪ੍ਰਾਈਵੇਸੀ ਖਤਮ ਹੋ ਜਾਂਦੀ ਹੈ। ਹਾਂਜੀ, ਉਹ ਹੁਣ ਜੇ ਕਿਤੇ ਵਿਆਹ ਦੇ ਵਿੱਚ ਹੈ, ਮੈਂ ਉੱਦਾਂ ਨਹੀਂ ਨੱਚ ਸਕਦਾ ਜਿਵੇਂ ਪਹਿਲਾਂ ਜੀ ਕਰਦਾ, ਅੰਦਰੋਂ ਤਾਂ ਜੀ ਕਰਦਾ ਹੁੰਦਾ, ਬਟ ਕਿਤੇ ਅਸੀਂ ਸੋਸ਼ਲ ਬਾਹਰ ਖੜ੍ਹੇ ਹਾਂ, ਉੱਥੇ ਕੋਈ ਵੀ ਗੱਲਾਂ ਬਾਤਾਂ ਕਹਿਣੀਆਂ ਵੀ ਗਰੁੱਪ ਦੇ ਵਿੱਚ ਤੁਸੀਂ ਖੁੱਲ੍ਹ ਕੇ ਨਹੀਂ ਕਰ ਸਕਦੇ, ਯੂ ਨੈਵਰ ਨੋ ਕਿੱਥੇ ਕੈਮਰਾ ਆਉਣਾ, ਅਤੇ ਜੇ ਨਾ ਵੀ ਹੋਵੇ ਪਰ ਉਹ ਇੱਦਾਂ ਦੀ ਬਣ ਚੁੱਕਿਆ ਵੀ ਇੱਦਾਂ ਮੈਂ ਐਂ ਕੌਨਸ਼ੀਅਸ ਹੁੰਦਾ ਯਾਰ, ਕੋਈ ਨੋਟ ਨਾ ਕਰ ਰਿਹਾ ਹੋਵੇ, ਕੋਈ ਦੇਖ ਰਿਹਾ ਹੋਵੇ, ਕੋਈ ਕੁਛ ਨਾ ਕਰ ਰਿਹਾ ਹੋਵੇ। ਸੋ ਬਾਹੀ ਇਹ ਵੀ ਜਿਹੜੇ ਮੈਂ ਪੰਜਾਬ ਦੇ ਵਿੱਚ ਕੰਮ ਕਰਾਂ, ਜਿਹੜੇ ਮੇਰੇ ਦੋਸਤ ਨੇ, ਜਿਵੇਂ ਮੈਂ ਟੀਮ ਦੇ ਵਿੱਚ ਆਪਣੇ ਮੋਸਟਲੀ ਦੋਸਤਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕਰਦਾ, ਉਹ ਤਾਂ ਕਰਕੇ ਵੀ ਯਾਰ ਐਟਲੀਸਟ ਆਪਾਂ ਕੰਮ ਤਾਂ ਕਰ ਰਹੇ ਹਾਂ, ਸ਼ਾਮ ਨੂੰ ਆਪਾਂ ਸਾਰੇ ਜਾਣੇ ਬੈਠੀਏ, ਹੱਸੀਏ ਖੇਡੀਏ, ਕੰਮ ਦਾ ਕੰਮ ਹੋ ਰਿਹਾ, ਅਤੇ ਉਸ ਤੋਂ ਬਾਅਦ ਠੀਕ ਹੈ ਸਾਰੇ ਮਿਹਨਤ ਨਾਲ ਆਪਾਂ ਕੰਮ ਕਰੀਏ, ਉਹ ਤੋਂ ਬਾਅਦ ਫਿਰ ਹਫ਼ਤਾ ਆਪਾਂ ਇੰਜੋਏ ਕਰੀਏ ਯਾਰ, ਵੀ ਵਧੀਆ ਕੰਮ ਕੀਤਾ। ਮੇਰੀ ਸੋਚ ਇੱਦਾਂ ਦੀ ਹੈ ਵੀ ਹੋਰ ਆਪਾਂ ਨੂੰ ਫਿਰ ਇੱਧਰ ਉੱਧਰ ਦੇਖਣ ਦੀ ਲੋੜ ਹੀ ਨਹੀਂ, ਤੁਹਾਡੇ ਸਾਰੇ ਦੋਸਤ ਤੁਹਾਡੇ ਨਾਲ ਨੇ, ਕੰਮ ਵੀ ਕਰੀ ਜਾਓ ਨਾਲ, ਤੁਹਾਨੂੰ ਮਤਲਬ ਚੰਗੇ ਦੋਸਤ ਮਿਲ ਜਾਣ, ਹੋਰ ਲਾਈਫ 'ਚ ਚਾਹੀਦਾ ਕੀ ਆ। ਔਰ ਮੈਂ ਵੀ ਇਹੀ ਚਾਹਾਂਗੀ ਕਿ ਸੰਗਰਾਂਦ ਤੋਂ ਬਾਅਦ ਵੀ ਤੁਸੀਂ ਇੱਕ ਇਹੋ ਜਿਹੀ ਇੰਜੋਇਮੈਂਟ ਵਾਲਾ ਟਾਈਮ ਦੇਖੋ ਜੀ, ਐਂਡ ਯੂ ਸ਼ੁੱਡ ਬੀ ਹੈਪੀ, ਯੂ ਸ਼ੁੱਡ ਬੀ ਪ੍ਰਾਊਡ ਆਫ ਯੂਰ ਸੈਲਫ, ਬਿਕੋਜ਼ ਵੀ ਆਲਰੇਡੀ ਆਰ, ਅਸੀਂ ਆਲਰੇਡੀ ਹਾਂ, ਕਿਉਂਕਿ ਬਹੁਤ ਸੋਹਣਾ ਜੌਨਰੇ ਹੈ, ਬਹੁਤ ਅਲੱਗ ਹੈ, ਮੈਨੂੰ ਲੱਗਦਾ ਫਿਲਹਾਲ ਲਈ ਇਹੀ ਬਹੁਤ ਵੱਡੀ ਗੱਲ ਹੈ, ਐਂਡ ਕੰਟੈਂਟ ਵਾਈਜ਼ ਵੀ ਬਹੁਤ ਬਹੁਤ ਖੂਬਸੂਰਤ ਚੀਜ਼ ਬਣਾਈ ਹੈ ਤੁਸੀਂ। ਥੈਂਕ ਯੂ ਜੀ, ਲੋਕ ਬਹੁਤ ਐਪਰੀਸ਼ੀਏਟ ਕਰ ਰਹੇ ਨੇ, ਅਤੇ ਆਈ ਐਮ ਹੈਪੀ ਕਿ ਜਿਹੜੀ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜੇ ਲੋਕਾਂ ਨੂੰ ਪਸੰਦ ਆ ਜੇ, ਸੋ ਫਿਰ ਇਹ ਤੋਂ ਵੱਡੀ ਗੱਲ ਖੁਸ਼ੀ ਦੀ ਕੀ ਹੋ ਸਕਦੀ ਹੈ। ਹੋਰ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਓ ਸਾਡੇ ਲਈ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਜੀ, ਐਂਡ ਇਟ ਵਾਸ ਲਵਲੀ ਹੈਵਿੰਗ ਦਿਸ ਟਾਈਮ ਵਿਦ ਯੂ, ਥੈਂਕ ਯੂ ਜੀ, ਇਟਸ ਮਾਈ ਪਲੇਜ਼ਰ, ਰੱਬ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਅਗਲੇ ਐਪੀਸੋਡ ਵਿੱਚ।